ਕਹਿੰਦਾ ਮੇਲੇ ਦੇ ਫੋਨ ਇਹਨੂੰ ਸਿੱਧੇ ਆਉਂਦੇ ਨੇ ਰਾਜਪੁਰੇ ਤੋਂ ਸਿੱਧਾ ਕਹਿੰਦਾ ਮੇਲਾ ਹੁਣ ਮੇਲੇ ਨੂੰ ਸਿੱਧੀ ਨੀ ਪੁੱਛ ਸਕਦਾ ਇਹ ਉਹੀ ਗੱਲਾਂ ਬਣਾ ਬਣਾ ਤੇਰੇ ਨਾਲ ਗੱਲਾਂ ਕਰਦਾ ਜਾਣ ਜਾਣ ਓਏ ਆ ਜਾ ਯਾਰ ਆ ਜਾ ਯਾਰ ਮੈਨੂੰ ਜਾਗਦੇ ਨੂੰ ਪੈਂਦੀ ਪਾਉਂਦੇ ਹੋ ਤੁਸੀਂ ਆ ਜਾ ਵੇ ਮਸਤਰੇ ਜਾ ਦੇ ਮੈਂ ਤੈਨੂੰ ਵੱਧ ਘੱਟ ਕੁੜੀ ਗੱਲ ਨਹੀਂ ਕਹੀ ਨਾਲੇ ਹੋਰ ਨਾਲੇ ਕੁੜੀ ਕਹਿ ਜਾਂਦਾ ਨਾਲੇ ਫਰਕ ਭੋਰ ਦਾ ਮਾਮਾ ਬੰਦਾ ਕੱਲਾ ਦੇਖਿਆ ਨਹੀਂ ਮਗਰ ਮੂਰੇ ਫਿਰਦੀਆਂ ਨੇ ਬੰਦੇ ਦੇ ਪਿਆਰੂ ਤਾਂ ਮੈਂ ਪੱਟੂ ਝਾਟ ਕੀ ਵੀ ਉਹ ਤਾਂ ਆਪਣੇ ਪਿੰਡ ਚ ਵੀ ਮੰਨੀ ਪਰ ਬੰਨੀ ਐ ਕੰਮਾਂ ਨੂੰ ਤੂੰ ਤੈਨੂੰ ਪਤੀ ਆ ਹੁਣ ਮੈਂ ਤੈਨੂੰ ਕੀ ਦੱਸਾਂ ਲੈ ਖੋਲ ਗੇਟ ਕਰਾ ਖੋਲਦੀ ਆ ਉਹ ਲਾਇਆ ਹੋਇਆ ਗੁੰਡਾ ਹਾਂ ਉੱਪਰੋਂ ਹੀ ਲਾਇਆ ਹੋਇਆ ਗੁੰਡਾ ਮੈਂ ਖੋਲ ਦੇ ਬੇ ਖੋਲ ਤਾਂ ਮੈਂ ਤਾਂ ਐਂ ਦੱਸਦਾ ਜੀ ਮੈਂ ਤਾਂ ਪਹਿਲੀ ਵਾਰ ਆਈ ਹੋਈ ਹਾਂ ਇਸ ਘਰੇ ਮਹਾ ਕਿਤੇ ਤੈਨੂੰ ਇਹੋ ਵੀ ਜਿੰਦਾ ਜੁੰਦਾ ਲਾ ਰੱਖਿਆ ਹੋਊਗਾ ਆਹੋ ਜਿੰਦਾ ਜੁੰਦਾ ਲਾ ਰੱਖਿਆ ਪਤੀ ਹੈ ਤੇਰਾ ਇੰਨੀ ਨਿਸ਼ਾਲਾ ਤੂੰ ਕਿੱਥੇ ਹੈਗਾ ਆ ਪੇਡਾ ਜਿਹਾ ਵੀ ਫੁੱਲ ਕੱਢਿਆ ਮੇਰੇ ਮਗਰੋਂ ਤਾਂ ਹੈ ਵੇ ਇਸ ਸਾਲ ਦੀ ਕੀ ਬੋਲੀ ਹਾਂ ਮੈਂ ਤਾਂ ਐਂ ਕਹਿੰਦੀ ਤੇ ਹਾਂ ਸਾਫ਼ ਸਫਾਈ ਜੀ ਬਾਲੀਓ ਕਰਕੇ ਗੋਹਾ ਛਿੱਟਿਆ ਪਿਆ ਚੰਗਾ ਝਾੜੂ ਪੋਚਾ ਲਾ ਰੱਖਿਆਗਾ ਸਾਫ਼ ਸਫਾਈ ਕਰੀ ਆ ਮੈਂ ਉਹੀ ਹੋ ਗਈ ਸਾਫ਼ ਸਫਾਈ ਤੇਰਾ ਤਾਂ ਮੈਨੂੰ ਪਤੀ ਹੈ ਤੂੰ ਕਿੰਨੀ ਕੁ ਸਾਫ਼ ਸਫਾਈ ਵਾਲਾ ਹੈਗਾਗਾ ਤੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਕਿਸੇ ਰਕਾਨ ਤੀਵੀਂ ਦਾ ਕੰਮ ਕਰਿਆ ਹੁੰਦਾ ਕਿਹੜੀ ਆਉਂਦੀ ਤੀ ਵੀ ਗੋਹਾ ਗਾਹ ਛਿੱਟਾ ਆਹੋ ਤੈਨੂੰ ਤਾਂ ਆਪਦੇ ਆਪ ਲੱਗਦਾ ਰਕਾਨ ਤੀਵੀਂ ਦਾ ਕੰਮ ਆਪ ਤਾਂ ਤੈਨੂੰ ਕੁਛ ਕਰਨਾ ਨਹੀਂ ਆਉਂਦਾ ਹੈਗਾ ਜੇ ਮੈਂ ਮਾੜੀ ਜਿਹੀ ਸਾਫ਼ ਸਫਾਈ ਕਰ ਲਈ ਘਰ ਦੀ ਮਹਾਂ ਚੱਲ ਆਊਗੀ ਦੇਖੂਗੀ ਤੇ ਖੁਸ਼ ਹੋ ਜਾਊਗੀ ਮੇਰੇ ਹਲਦੀ ਹੋਰ ਹੀ ਪੁੱਠੀਆਂ ਗੱਲਾਂ ਮਰ ਜਾਂਦੀ ਹੈਗੀ ਜੇ ਤਾਂ ਮੈਨੂੰ ਤੇਰਾ ਨਾਂ ਪਤਾ ਹੋਵੇ ਤਾਂ ਤੂੰ ਮੈਨੂੰ ਦੱਸੀ ਪਾਣੀ ਦਾ ਗਲਾਸ ਤਾਂ ਚੱਕ ਕੇ ਪੀਤਾ ਨਹੀਂ ਜਾਂਦਾ ਹੈਗਾ ਉਹ ਵੀ ਬਾਜਾ ਮਾਰੀ ਜਾਂਦਾ ਰਹਿਣਾ ਵੀ ਪਾਣੀ ਦਾ ਗਲਾਸ ਲੈ ਦੇ ਆ ਤੇਰੇ ਮਗਰੋਂ ਮੈਂ ਤਾਂ ਤਿੰਨ ਖੁੰਜੇ ਪਰੌਂਠੇ ਲਾ ਲਾ ਖਾਂਦਾ ਰਿਹਾ ਮੈਂ ਤਾਂ ਆਹੋ ਫਿਰ ਮੇਰੇ ਹੁੰਦੇ ਕਿ ਤੇਰੇ ਪਿੱਸੂ ਪੈ ਜਾਂਦੇ ਨੇ ਉਹਦਾ ਹੁਣ ਮਜਬੂਰੀ ਦੀ ਤਾਂ ਲਾਉਣੇ ਪਏ ਮੈਂ ਹੁਣ ਖੇਤ ਦੇ ਕੰਮ ਕਰਾਂਗਾ ਮੈਂ ਘਰੇ ਪਰੌਂਠੇ ਲਾਇਆ ਕਰਾਂ ਤੇਰੇ ਵਾਸਤੇ ਮਨ 'ਚ ਇਹ ਨਾ ਮਨ ਮੈਨੂੰ ਤਾਂ ਐਂ ਲੱਗਦਾ ਵੀ ਮੇਲੇ ਵਾਲੀ ਜ਼ਰੂਰ ਆਈ ਹੋਣੀ ਘਰੇ ਤੇਰੀ ਵੜਜੇ ਜੀਵ ਤੇਰੀ ਹੈਂ ਆਹੀ ਕੁੱਤਕਲੇ ਕਰਕੇ ਉੱਥੋਂ ਤੈਨੂੰ ਮਸਾਂ ਲੈ ਕੇ ਆਇਆ ਬਣਾ ਕੇ ਉਰੇ ਆ ਕੇ ਫਿਰ ਉਹੀ ਗੱਲਾਂ ਕਰਨ ਲੱਗ ਗਈ ਨਾਲੇ ਮੈਂ ਕਹਿ ਕੇ ਆਇਆ ਭਾਈ ਮੈਂ ਹੁਣ ਉੱਧਰ ਨਹੀਂ ਜਾਂਦਾ ਨਹੀਂ ਦਾ ਆ ਕੇ ਫਿਰ ਮੇਲੇ ਦੀ ਬਹੂ ਮੇਲੇ ਦੀ ਬਹੂ ਮੇਲੇ ਸਾਰਾ ਦਿਨ ਤੇਰੇ ਦਿਮਾਗ 'ਚੋਂ ਕਿਉਂ ਨਹੀਂ ਨਿਕਲਦੀ ਉਹ ਮੇਰੀ ਗੱਲ ਸੁਣ ਉਹ ਤਾਂ ਹੁਣ ਕਹਿ ਕੇ ਆਇਆ ਅੱਜ ਤੋਂ ਪਹਿਲਾਂ ਦੀ ਗੱਲ ਕਰਦੀ ਹਾਂ ਮੈਂ ਖੁੱਲੀਆਂ ਛੁੱਟੀਆਂ ਹੋ ਗਈਆਂ ਮਗਰੋਂ ਚੰਗੇ ਉਰੀ ਤਿੰਨ ਖੁੰਜੇ ਪਰੌਂਠੇ ਪੱਕੇ ਹੋਣੇ ਉਹਨਾਂ ਦੇ ਘਰ ਤਾਂ ਪਕਾਈ ਵੀ ਨਹੀਂ ਹੋਣੀ ਰੋਟੀ ਨਾ ਜਾਂਦੀ ਫਿਰ ਨਾ ਜਾਂਦੀ ਫਿਰ ਖੁੱਲੀ ਛੁੱਟੀ ਨਾ ਕਰਦੀ ਹਾਂ ਫਿਰ ਐਂ ਤਾਂ ਮੈਂ ਉੱਥੇ ਬਾਗੀ ਦੀ ਮੈਂ ਵੀ ਕਿਸੇ ਦੇ ਘਰੇ ਹੋਰ ਬਗ ਜਾਂਦੀ ਰੋਟੀਆਂ ਖਾਣ ਕਮਾਲ ਹੋਈ ਪਈ ਹੈਗੀ ਮੈਂ ਮਰੂ ਮੁੱਕੀ ਮੇਰੇ ਸਲਦੀ ਜਦੋਂ ਮੈਂ ਕਹਤਾ ਮੈਂ ਆਪ ਲਾਈਆਂ ਨੇ ਭਈ ਆਪ ਲਾਈਆਂ ਨੇ ਆਪ ਕੰਮ ਕਰਿਆ ਮੈਂ ਸਾਰਾ ਕਰਿਆ ਕੰਮ ਜਾਣਦੀ ਆ ਤੈਨੂੰ ਕੰਮ ਕਰਨ ਵਾਲੇ ਨੂੰ ਮੈਨੂੰ ਤਾਂ ਐਂ ਦੱਸਦਾ ਵੀ ਜਿਵੇਂ ਨਾ ਵੀ ਤੈਨੂੰ ਤਾਂ ਇਹਦੇ ਸੁਭਾਅ ਦਾ ਪਤੀ ਨਹੀਂ ਹੈਗਾ ਬਸ ਉਹੀ ਗੱਲ ਮੰਨਣੀ ਨਹੀਂ ਗਧੇ ਵਾਲੀ ਹਿੰਡ ਫੜ ਰੱਖੀ ਹੈ ਗਧੇ ਵਾਲੀ ਨਹੀਂ ਫੜ ਰੱਖੀ ਹੈਗੀ ਕੋਈ ਨਹੀਂ ਹੈਗੀ ਗਧੇ ਵਾਲੀ ਹਿੰਡ ਮੇਰੀ ਜਿਹੜੀ ਸੱਚੀ ਗੱਲ ਹੈ ਫਿਰ ਕਹੀ ਜਾਂਦੀ ਹੈ ਫਿਰ ਤਾਂ ਹੀ ਤਾਂ ਤੇਰੇ ਮਿਰਚਾਂ ਲੱਗਦੀਆਂ ਨੇ ਸੱਚ ਬੋਲੇ ਬਿਨਾਂ ਜ਼ਹਿਰ ਹੋਏ ਤਾਂ ਮੈਥੋਂ ਰਹਿਆ ਨਹੀਂ ਜਾਂਦਾ ਮੇਰੇ ਸਾਲ ਦੀ ਸਾਰੇ ਪਿੰਡ 'ਚ ਇੰਨੀ ਇੱਜ਼ਤ ਆ ਓਏ ਸਾਰੇ ਪਿੰਡ 'ਚ ਸਲੂਟਾਂ ਵੱਜਦੀਆਂ ਨੇ ਸਾਰੇ ਪਿੰਡ 'ਚ ਇੱਕ ਵਸ ਆ ਘਰ ਨੂੰ ਛੱਡ ਕੇ ਇੱਕ ਆਹ ਤੀਵੀਂ ਮਰਨੀ ਮਰ ਜੂ ਕਦੇ ਮੇਰੀ ਇੱਜ਼ਤ ਨਹੀਂ ਕਰਦੀ ਹੈਗੀ ਪਤੀ ਹੈ ਤੇਰੀ ਕਿੰਨੀ ਕੁ ਇੱਜ਼ਤ ਆ ਨਾ ਤਾਂ ਤੇਰੀ ਘਰੇ ਇੱਜ਼ਤ ਨਾ ਤੇਰੀ ਬਾਹਰ ਇੱਜ਼ਤ ਹਾਂ ਇੱਕ ਘਰੇ ਜ਼ਰੂਰ ਇੱਜ਼ਤ ਆਈ ਹੈ ਉਹ ਵੀ ਮੇਲੇ ਕੇ ਘਰੇ ਉੱਥੇ ਸਲੂਟ ਵੱਜਦੇ ਨੇ ਤੈਨੂੰ ਮੋੜ ਕੋੜ ਕੇ ਮੇਲੇ ਕੇ ਘਰੇ ਮੋੜ ਕੋੜ ਕੇ ਮੇਲੇ ਕੇ ਘਰੇ ਤੈਨੂੰ ਹੋਰ ਕੋਈ ਬੰਦਾ ਤੀਵੀਂ ਦਿਸਦਾ ਨਹੀਂ ਪਿੰਡ 'ਚ ਤੈਨੂੰ ਮੇਲਾ ਦਿੰਦਾ ਮੇਲੇ ਦੇ ਘਰ ਵਾਲੀ ਦਿੰਦੀ ਹੈ ਹੋਰ ਪਾਸੇ ਤਾਂ ਦੇਖਣ ਦੀ ਲੋੜ ਹੀ ਨਹੀਂ ਹੈਗੀ ਸਾਰੇ ਫਸਾਦ ਦੀ ਜੜ ਤਾਂ ਉਹ ਤੀਵੀਆਂ ਚੁਰਚਲੀ ਜੀ ਜੇ ਕਦੇ ਫਸ ਗਈ ਨਾ ਮੈਨੂੰ ਦੇਖ ਲੈ ਜਾ ਬੇਚਾਰੀ ਨੂੰ ਛੱਡ ਵੀ ਦੇ ਇਹੋ ਜਿਹਾ ਦੱਬੂੰਗੀ ਮੁੜ ਕੇ ਸਾਹ ਨਹੀਂ ਆਉਣਾ ਹੁਣ ਉਹਨੂੰ ਬੇਚਾਰੀ ਨੂੰ ਛੱਡ ਵੀ ਦੇ ਹੁਣ ਤਾਂ ਮੈਂ ਕਹਿਤਾ ਵੀ ਉਹਨਾਂ ਦੇ ਘਰ ਕਰਨ ਨਹੀਂ ਆਉਂਦਾ ਮੈਂ ਕਿਉਂ ਛੱਡਾਂ ਮੇਰਾ ਤਾਂ ਨਾ ਕੋਈ ਲੱਗਾ ਹੀ ਦੇਗਾ ਨਹੀਂ ਛੱਡਣਾ ਤਾਂ ਐ ਉਹਨੂੰ ਤੂੰ ਛੱਡ ਨਾ ਮੈਂ ਛੱਡਣ ਨੂੰ ਉਹਦੇ ਨਾਲ ਦੱਸ ਮੈਂ ਕੀ ਕਰੇਵਾ ਭਰਾ ਲਿਆ ਉਹਦੇ ਨਾਲ ਮੂਈ ਅੱਛਾ ਭਾਈ ਮਰੀ ਜਾਣੀ ਹੈਗੀ ਆ ਤਾਂ ਮੇਰੇ ਦਿਮਾਗ 'ਚ ਗੱਲ ਆਈ ਹੋ ਨਹੀਂ ਸੀ ਕਰੇਵੇ ਤੱਕ ਵੀ ਕੰਮ ਪਹੁੰਚਣ ਵਾਲਾ ਸੀ ਹੈ ਮੈਂ ਉਹ ਗੱਲ ਕਰਦਾ ਜਿਵੇਂ ਸਿਆਣੇ ਸੋਪਤੀ ਕਹਿੰਦੇ ਨੇਗੇ ਸਿਆਣੇ ਤਾਂ ਬਹੁਤ ਕੁਛ ਸੋਪਤੀ ਕਹਿੰਦੇ ਨੇ ਸਿਆਣੇ ਤਾਂ ਇਹ ਵੀ ਕਹਿੰਦੇ ਨੇ ਵੀ ਸਿਆਣੇ ਦਾ ਕਹਿਆ ਤੇ ਔਲੇ ਦਾ ਖਾਦਾ ਬਾਅਦ 'ਚ ਪਤਾ ਲੱਗਦਾ ਪਰ ਤੇਰੇ ਦਿਮਾਗ 'ਚ ਹੁਣ ਕੁਛ ਵੜਦਾ ਨਹੀਂ ਹੈਗਾ ਉਹੀ ਸਾਰਾ ਦਿਨ ਤੜਕੀ ਆਪ ਲੱਗ ਜਾਂਦਾ ਨਾ ਜਪਣ ਮੇਲੇ ਵਾਲੀ ਦੇ ਬਹੂ ਮੇਲੇ ਦੀ ਬਹੂ ਮੇਲੇ ਦੀ ਬਹੂ ਉਹਦਾ ਪੈਂਡਾ ਛੱਡ ਦੇ ਬਿੰਦ ਘੜੀ ਹੁਣ ਮੈਂ ਤੈਨੂੰ ਕਹਿਤਾ ਮੈਂ ਨਹੀਂ ਜਾਂਦਾ ਵੀ ਮੈਂ ਤਾਂ ਉਹਨਾਂ ਦਾ ਰਾਹ ਹੀ ਛੱਡ ਦੂੰਗਾ
ਫਿਰ ਨਹੀਂ ਜੇ ਦੂਜੇ ਪਾਸੇ ਦੀ ਆਇਆ ਕਰੂੰ ਮੈਂ ਜਾਂ ਚਾਹ ਦੀ ਘੁੱਟ ਬਣਾ ਲਿਆ। ਚਾਹ ਦੀ ਘੁੱਟ ਤਾਂ ਮੈਂ ਬਣਾ ਲਿਆਉਂਦੀ ਹਾਂ, ਉੱਥੇ ਤਾਂ ਮੈਂ ਬੋਲੀ ਨਹੀਂ ਹੈਗੀ, ਫਿਰ ਵੀ ਮੈਨੂੰ ਬਾਈ ਤੋਂ ਥੋੜ੍ਹੀ ਸ਼ਰਮ ਜਿਹੀ ਆਉਂਦੀ ਹੈ ਵੀ ਕਹੂਗਾ ਕੁੜੀ ਕਿਵੇਂ ਬੋਲਦੀ ਆ, ਪਰ ਮੇਰੀ ਗੱਲ ਨਾ ਕੰਨ ਖੋਲ੍ਹ ਕੇ ਸੁਣ ਲੈ। ਜੇ ਹੁਣ ਮੈਨੂੰ ਪਤਾ ਲੱਗ ਗਿਆ ਮੇਲੇ 'ਚ ਚਾਹੇ ਜਾਂਦਾ ਚਾਹੇ ਆਉਂਦਾ ਜਾਂ ਉਹ ਲੰਡੀ ਤੀਵੀਂ ਦਾ ਤੇਰੇ ਫੋਨ 'ਤੇ ਫੋਨ ਆ ਗਿਆ, ਫਿਰ ਤੂੰ ਐਂ ਹਿਸਾਬ ਲਾ ਲਈ ਵੀ ਫੋਨ ਵਿੱਚ ਦੀ ਖਿੱਚ ਲੂੰਗੀ, ਦੇਖ ਲੈ। ਮੈਂ ਤਾਂ ਉਹਦਾ ਨੰਬਰ ਡਿਲੀਟ ਕਰਤਾ। ਹਾਂ, ਬਲੌਕ 'ਚ ਪਾ ਨੰਬਰ, ਡਿਲੀਟ ਕਰਨ ਨਾਲ ਕੀ ਹੁੰਦਾ ਹੈਗਾ, ਤੇਰਾ ਕੀ ਤਵਾਰ ਹੈ ਦੇ, ਤੇਰਾ ਕੀ ਤਵਾਰ ਹੈ ਕਿਸੇ ਹੋਰ ਨਾਂ 'ਤੇ ਨੰਬਰ ਸੇਵ ਕਰਕੇ ਹੋਵੇ ਉਹਦਾ, ਸਭ ਜਾਣਦੀ ਆ ਮੈਂ ਤੇਰੀਆਂ ਕਰਤੂਤਾਂ। ਨਹੀਂ ਕਰਿਆ ਮੈਨੂੰ ਬਲੌਕ ਬਲੂਕ ਕਰਨਾ ਨੂੰ ਦਾ, ਮੈਂ ਉਹ ਇਹ ਜੋ ਡਾਟਾ ਨੰਬਰ ਲੈ ਮੈਂ ਕਰ ਦਿੰਨੀ ਆ ਬਲੌਕ, ਮਨ ਤਾਂ ਆਉਂਦਾ ਕਰਨਾ, ਐਂਟਰੀ ਲੋ ਆਈਦੀ ਜਾਂ ਤੂੰ ਕਰਨਾ ਚਾਹ ਦੀ ਘੁੱਟ ਬਣਾ। ਫਿਰ ਨੰਬਰ ਫੋਨ 'ਚੋਂ ਬਲੌਕ ਕਰਨ ਨਾਲ ਵੀ ਨਹੀਂ ਕੁਛ ਹੁੰਦਾ, ਉਹਨੂੰ ਨਪੁੱਤੀ ਨੂੰ ਦਿਲ 'ਚੋਂ ਬਲੌਕ ਕਰ, ਫਿਰ ਲੱਗੂ ਪਤਾ। ਚਾਹ ਦੀ ਘੁੱਟ ਬਣਾ ਦੇ, ਬਣਾਉਣੀ ਆ ਆ ਕੇ ਚਾਰ ਦਿਨਾਂ ਬਾਅਦ, ਫਿਰ ਉਹੀ ਕੰਜਰ ਕਿੱਤਾ ਕਰ ਲੈ, ਕਲੇਸ਼ ਲਾ ਕੇ ਕਰਨਾ। ਮੈਨੂੰ ਤੇਰੀਆਂ ਕਰਤੂਤਾਂ ਦਾ ਪਤਾ ਹੈ, ਮੈਂ ਤਾਂ ਕਹਿੰਦੀ ਹਾਂ। ਪਤਾ ਤੈਨੂੰ ਕਰਤੂਤਾਂ ਦਾ, ਕਰਤੂਤਾਂ ਦਾ ਮਤਲਬ ਕਰੀਆਂ ਨਹੀਂ, ਜਿੱਦੇ ਕਰਨ ਲੱਗ ਗਿਆ ਤੈਨੂੰ ਉਦੇ ਪਤਾ ਲੱਗੂਗਾ। ਵੀਰੇ ਸਾਲੇ ਦੀ ਬੇਈਮਾਨੀ ਦੀ ਦੁਨੀਆ ਹੋ ਗਈ, ਐਡਾ ਬੇਈਮਾਨ ਵਾਲਾ ਦੇਖ ਲਾ ਬੰਦੇ 'ਚ, ਕੱਲ੍ਹ ਤਾਂ ਤੇਰੇ ਮਗਰ ਮੂਹਰੇ ਫਿਰੀ ਜਾਂਦਾ, ਤੇਰੇ ਸਾਲੇ ਦੇ ਮਗਰ ਮੂਹਰੇ ਫਿਰੀ ਜਾਂਦਾ ਵੀ ਬਾਈ ਤੋਰ ਦੇ, ਤੇਰੇ ਘਰ ਵਾਲੀ ਦੇ ਹਾੜੇ ਕੱਢੀ ਜਾਣਾ, ਭੋਲਿਆ ਮੈਂਬਰਾ ਤੇਰਾ ਰਹੇ ਕੱਖ ਨਾ, ਇੱਥੇ ਛੱਡਿਆ ਆ, ਫੜ ਲਾ ਪੀਟ ਮੈਂ ਤੁਰਿਆ ਆਉਣਾ, ਹੈ ਅੰਬਰੀ ਆਂਡਾ ਕਰਤਾ ਮੇਰੇ ਆ ਸਾਲਿਆ, ਮੈਨੂੰ ਤਾਂ ਲਿਆ ਤੂੰ ਨਾਲ ਆ, ਜਿਹੜੇ ਤੇਰੇ ਨਾਲ ਰਹਿਣਾ, ਤੇਰੇ ਸਾਲੇ ਨਾਲ ਮੈਂ ਜੱਫਾ ਲਾ ਲਿਆ, ਮੈਂ ਉਹਨੂੰ ਵਿਚਾਰੇ ਨੂੰ ਜਾਣਾ ਨਾ ਪਛਾਣਾ ਨਾ, ਢਿੱਡਲ ਜਿਹਨੂੰ ਉਹਨੇ ਮੈਨੂੰ ਕੁੱਟਿਆ ਮੈਂ ਉਹਨੂੰ ਕੁੱਟਿਆ, ਦੇਖ ਲਾ ਆਪ ਹੁਣ ਮੇਰਾ ਸਾਲਾ ਛੱਡਿਆ, ਨਾ ਕੋਈ ਰੁਪਈਆ ਤੀ, ਬਾਣੋ ਬਾਣੀ ਦੱਸ ਤਾਂ ਸੱਪ ਮਿਲ ਕੇ ਰਾਹ 'ਚ, ਜੇ ਬੇੜੀ ਬੈਠੀ ਲਿਆ ਕਿਰਾਏ ਭਾੜੇ ਨੂੰ ਵੀ ਰੁਪਈਆ ਦੇ ਗਰੁੱਪ ਨੂੰ ਲੱਗਦਾ। ਓਕੇ ਮੇਰਾ ਜਗਰੂਪ ਹੈਂ, ਕਿਵੇਂ ਆ ਜਗਰੂਪ? ਠੀਕ ਆ ਜਗਰੂਪ, ਤਾਂ ਤੇਰਾ ਮਾਮਾ ਲੱਗਦਾ, ਮੈਂ ਨਹੀਂ ਪਤਾ ਤੇਰਾ ਮਾਮਾ ਲੱਗਦਾ, ਮੈਂ ਤੈਨੂੰ ਪਤਾ ਨਹੀਂ, ਮੈਂ ਕਿਤੇ ਗੋਲੀ ਮਾਰੀ ਭੈਣ ਦੀ, ਗੋਲੀ ਮਾਰ ਗਾਲ ਕੱਢਦਾ ਹਜੇ ਉੱਥੋਂ ਦੀ, ਬੇਅਕਲਾ ਹਜੇ ਗਿਆ ਨਹੀਂ ਪਿੰਡ, ਉੱਜੜਿਆ ਨਹੀਂ ਤੂੰ, ਇੱਥੇ ਫਿਰੀ ਜਾਂਦਾ ਢੱਠਿਆ, ਤੇਰੀ ਰੋਟੀਆਂ ਖਾਊ, ਰੋਟੀਆਂ ਤੈਨੂੰ ਮੈਂ ਦਿੰਦਾ ਪੂੜੇ, ਰੋਟੀ ਤਾਂ ਮੇਰਾ ਆਪਦੇ ਦੇ ਸੈਂਸੇ ਹੋਏ ਪਏ ਨੇ, ਨਹੀਂ ਐਂ ਕਿਉਂ ਮੱਚਾ ਫਿਰਦਾ, ਐਂ ਕਿਉਂ ਮੱਚਾ? ਤਾਂ ਮੈਂ ਫਿਰਦਾ, ਮੈਂ ਤਾਂ ਭੋਲੇ ਮੈਂਬਰ ਦੀ ਮਕਾਨ ਜਾ ਕੇ ਬੇੜੀ ਬੈਠੀ ਵਾਲੇ ਦੀ, ਭੋਲੇ ਮੈਂਬਰ ਮਰ ਗਿਆ ਰਾਤ, ਤੇਰੀ ਭੈਣ ਦੇ ਜਗਰੂਪ ਫੇਰ ਹੋਏ ਜਗਰੂਪ, ਉਹਦਾ ਮੈਂ ਜਾਣ ਕੇ ਗਾਲਾਂ ਕੱਢਦਾ, ਮੇਰਾ ਗੁੱਸੇ 'ਚ ਗਾਲਾਂ ਕੱਢਦਾ ਉਹਨੂੰ, ਕੁਛ ਨੀ ਹੋਇਆ ਚੰਗਾ ਭਲਾ, ਮੇਰਾ ਸਾਲਾ ਤੀਵੀਂ ਲਈ ਫਿਰਦਾ, ਲਿਆ ਆਪਦੀ ਘਰਵਾਲੀ ਨੂੰ ਪੇਕਿਆਂ ਤੋਂ, ਆਹੋ ਅੱਛਾ ਤੀਵੀਂ ਕਿਹੜੀ? ਓਏ ਆਪਦੇ ਘਰ ਵਾਲੀ ਨੂੰ ਲਿਆਇਆ, ਮਾਮੀ ਗਏ ਫਿਰ ਤੂੰ ਵੀ ਜਗਰੂਪ ਆ ਲਿਆ, ਮੈਂ ਗੋਲੀਆਂ ਗੋਲੀਆਂ ਖਾਏ ਤਾਂ ਮੇਰਾ ਸਾਲਾ, ਮੇਰੀ ਮਾਮੀ ਤਾਂ ਨਹੀਂ ਲੱਗਦੀ ਹੈਗੀ, ਉਹ ਤਾਂ ਹੋਰ ਕਰੀ ਮੇਰੀ ਗੱਲ ਸੁਣ ਲੈ, ਮੈਨੂੰ ਕਹਿੰਦਾ ਵੀ ਐਂ ਕਰਕੇ ਮੇਰੇ ਘਰ ਵਾਲੀ ਨੂੰ ਲਿਆਉਣਾ, ਮੇਰੇ ਸਹੁਰਿਆਂ ਤੋਂ, ਮਾਂ ਭਾਈ ਚੱਲ ਵਗ ਚੱਲਦੇ, ਮੌਤ ਵਾਰ ਬੰਦਾ ਪਿੰਡ ਦਾ, 16 ਸਫਾਈ ਮੈਂ ਕਰਾਤੀ, ਠੀਕ ਹੈ ਉੱਚਾ ਸੁਣਦਾ ਐਂ ਕਰੀ, ਪੱਗ ਬੰਨ ਰੱਖੀ ਹੈ, ਅੱਛਾ 16 ਸਫਾਈ ਕਰਾਈ ਸਾਲੇ ਨਾਲ, ਮੈਂ ਜੱਫਾ ਮਜੱਫੀ ਹੋਇਆ ਉਹਦੇ ਨਾਲ, ਭਾਈ ਮੈਂ ਕੀ ਵਿਚਾਰੇ ਨੂੰ ਜਾਣਦਾ, ਦੀ ਤੀਜੇ ਤੱਕਣ ਵੀ ਕੌਣ ਹੈ ਕੌਣ ਨਹੀਂ, ਪੈਰੀ ਹੱਥ ਉਹਦੇ ਸਾਲੇ ਦੇ ਲਏ, ਉਹਦੇ ਘਰ ਵਾਲੀ ਦੇ ਲਏ, ਵੀ ਤੁਸੀਂ ਭਾਈ ਘਰ ਮੇਰਾ ਸਾਲਾ ਬੰਨਿਆ ਬੰਨ ਜਾਂਦਾ, ਟੁੱਟਦਾ ਟੁੱਟ ਜਾਂਦਾ, ਉਹੀ ਤਾਂ ਗੱਲ ਆ, ਕੌਣ ਆ ਕਿਸੇ ਹੋਰ ਨੂੰ ਨਾ ਪਕਾਈ ਮਾਰਨੀ, ਕਿਹੜਾ ਮੇਰਾ ਸਾਲਾ ਕਹਿੰਦਾ ਮਾੜਾ, ਤਾਂ ਮੈਂ ਤੈਨੂੰ ਉਹਦੇ ਸਹੁਰਿਆਂ ਦੀ ਗੱਲ ਦੱਸਦਾ, ਪ੍ਰਾਹੁਣਿਆਂ ਗੱਲ ਸੁਣ ਲਿਆ ਕਰ, ਪਤਾ ਨਹੀਂ ਕੀ ਖਾਣ ਲੱਗ ਗਿਆ ਤੂੰ, ਗੱਲ ਸੁਣਦਾ ਨਹੀਂ, 16 ਸਫਾਈ ਕਰਾਤੀ, ਨਮੇੜਾ ਕਰਾਤਾ ਮੋਟਰਸਾਈਕਲ 'ਤੇ, ਦੋਨੇ ਜੀ ਬਹਿ ਗਏ, ਫੜ ਕੇ ਚਾਬੀ, ਕਹਿੰਦਾ ਚੰਗਾ ਪੂਰ ਉਹ ਚੰਗਾ ਜਗਰੂਪ, ਹਾਂ ਜਗਰੂਪ ਤੂੰ ਮਾਂਗਰੂ ਆਈ, ਕਹਿੰਦਾ ਲੈ ਮੈਨੂੰ, ਕਹਿੰਦਾ ਲੈ ਦੇਖ ਲਾ ਮਾਰੀ ਕਰੀ, ਮੈਂ ਮੇਰਾ ਸਾਲਾ ਬਾਣੋ ਬਾਣੀ, ਨਾ ਤਾਂ ਕੋਈ ਰੁਪਈਆ ਦੇ ਗਿਆ ਮੈਨੂੰ, ਕਹਿੰਦਾ ਗੁਲ ਗੁਲ ਪਲੇ ਕਰੂੰ, ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਉਹਨੂੰ, ਨਾ ਤਾਂ ਉਹ ਕਰੇ ਮੇਰੇ ਕੋਲ ਕਿੱਥੇ ਆਉਣ ਭਾਈ, ਜੇ ਹੁਣ ਮੈਂ ਦੋ ਤਿੰਨ ਦੁਕਾਨਾਂ ਵਾਲੇ ਨੂੰ ਮੈਨੂੰ ਪੁੱਛਿਆ ਮਾਂ ਭਾਈ ਤੈਨੂੰ ਕਰੇ ਨੇ ਭੋਲੇ ਨੇ, ਕਹਿੰਦੇ ਨਾ ਕੋਈ ਇੱਥੇ ਭੋਲਾ ਤੀ, ਨਾ ਕੋਈ ਇੱਥੇ ਗੁਲ ਗੁਲਾ, ਕੁਛ ਨਹੀਂ ਹੈਗਾ ਇੱਥੇ, ਤਾਂ ਆਪਦਾ ਚੁੱਪ ਕਰਕੇ ਡੰਡੀ ਪੈ ਜਾ, ਇੱਕ ਦੋ ਨਾਲ ਤਾਂ ਮੈਂ ਥਾਪੜੇ ਵੀ ਖਾ ਲਏ, ਮੈਂ ਤੈਨੂੰ ਸਹੀ ਗੱਲ ਦੱਸਾਂ, ਕਿਹੜੇ ਤੋਂ ਹੈਗਾ ਦੀ ਦੁਕਾਨ ਵਾਲਾ ਪਾਣੀ, ਹੁਣ ਕਰਨਗੇ ਬਾਈ ਕਰਨਗੇ ਅਗਲੇ, ਫਿਰ ਮੈਨੂੰ ਤਾਂ ਹੁਣ ਪਤਾ ਨਹੀਂ ਸੀ ਨਾ ਗੱਲ ਦਾ, ਕੀ ਗੱਲ ਹੈ ਇੱਧਰ, ਹੁਣ ਮੈਂ ਬਾਣੋ ਬਾਣੀ ਆਇਆ, ਨਾ ਤਾਂ ਕੋਈ ਹੱਥ ਦਿੱਤਾ ਕਿਸੇ ਨੇ, ਕਿੰਨੇ ਰੁਪਏ ਲਏ ਤੇ ਫਿਰ ਉਸ ਕਰਾਜੀ ਬੰਦਾ ਕਰਾਣਗੇ, ਓ ਕਿਹੜਾ ਰਾਜੀ ਬੰਦਾ ਕਹਿਣਾ, ਮੈਂ ਤਾਂ ਗੱਲ ਹੀ ਨਹੀਂ ਸਮਝ ਲੱਗਦੀ, ਕਿਹੜੇ ਰਾਜੀ ਬੰਦੀ ਗੱਲ ਕਰਦਾ ਹੈ, ਪੋਲੇ ਮੈਂਬਰ ਦੀ ਯਾਰ, ਪੋਲੇ ਮੈਂਬਰ ਦੀ, ਕਿਹੜੇ ਪੈਸਿਆਂ ਦੀ ਗੱਲ ਕਰਦਾ, ਮੈਂ ਨਹੀਂ ਕਿਸੇ ਤੋਂ ਰੁਪਈਆ ਲਿਆ, ਜੇ ਰੁਪਈਆ ਲਿਆ ਹੁੰਦਾ ਮੈਂ ਮੇਰੇ ਸਾਲੇ ਬਾਣਾ ਵਿੱਚ ਦੀ ਆਉਂਦਾ, ਤੁਰ ਕੇ ਤੇਰਾ ਬਹਿ ਜੇ, ਉਹ ਬੇੜਾ ਤੇਰਾ ਜਗਰੂਪ, ਤੇਰਾ ਬਹਿ ਜੇ, ਮੈਂ ਤਾਂ ਕਹਿੰਦਾ ਤੇਰਾ ਭਰ ਕੇ ਬੇੜਾ ਡੁੱਬ ਜੇ, ਬਾਹਰ ਨਾ ਜੇ, ਹਾਂ ਮਾਰ ਮੇਰੇ ਪਿੱਛੇ ਪੂਰੀ ਹੈ, ਹਾਂ
ਸਾਲਾ ਸਪੋਰਟਾਂ ਦਾ। ਮੇਰੀ ਗੱਲ ਸੁਣ, ਮੈਨੂੰ 2 ਮਹੀਨੇ ਹੋ ਗਏ ਸਪੋਰਟ ਦਾਰੂ ਪੀਂਦੇ ਨੂੰ। ਹਾਂ ਪਹਿਲਾਂ ਤਾਂ ਉਹਨਾਂ ਦਾ ਕਲੇਸ਼ ਕਰਾਇਆ। ਹਾਂ ਖੇਤ ਖੂਟ ਮੈਂ ਜਿਰੀ ਜੁਰੀ ਲਵਾਈ, ਹੁਣ 15 ਦਿਨ ਹੋ ਗਏ ਮਾਮੀ ਨੂੰ ਰੋਸੇ ਨੂੰ ਬੋਤਲ ਰੋਜ਼ ਲਿਆਉਂਦੀ। ਮਾਮੀ ਦਾ ਘਰੇ ਆ ਗਈ ਜਾਂ ਚੋਲਾ ਤੇਰੇ ਜਾ ਕੇ ਤੇਰਾ ਬਹਿ ਜਾ ਜਾ ਵਗ ਜਾ ਭਰ ਕੇ ਬੇੜਾ ਡੁੱਬੂ ਤੇ। ਇੱਕ ਗੱਲ ਮੈਂ ਦੇਖ ਲਈ, ਜਿਹੜੇ ਹਿਸਾਬ ਨਾਲ ਤੂੰ ਦਾਰੂਆਂ ਪੀਂਦਾ ਸੀ ਤੂੰ ਲੈਂਦਾ ਸੀ ਨਜ਼ਾਰੇ, ਮੈਂ ਕਰਤਾ ਭਲਾ, ਮੈਂ ਉਹਨਾਂ ਜੀਰੀਆਂ ਮੈਦਾ ਦੇਖ ਲੈ ਲੋਕਾਂ ਦੀਆਂ ਨਹੀਂ ਹੈ, ਭਲੇ ਦਾ ਟਾਈਮ ਨਹੀਂ ਹੈਗਾ। ਪਰਮਾਤਮਾ ਦੇਖੇ, ਪਰਮਾਤਮਾ ਮੇਰੇ ਨਾਲ, ਪਰਮਾਤਮਾ ਮੈਂ ਤਾਂ ਪਿੰਡ ਛੋਟ ਰੱਖਿਆ ਪਿੰਡ। ਵਗ ਜਾਓ ਜੀ, ਵਗ ਜਾਓ ਪਿੰਡ ਚੋਂ, ਕੱਢਤਾ ਤੁਹਾਨੂੰ ਇੱਥੋਂ ਵੀ ਕਰ ਦੇਣਗੇ, ਤੂੰ ਵਗ ਜਾ। ਆ ਜਾ ਆ ਜਾ, ਮੈਂ ਨਹੀਂ ਜਾਂਦਾ, ਜਦੋਂ ਮੈਂ ਇੱਥੇ ਤਾਂ ਤੁਰ ਕੇ ਆ ਗਿਆ, ਹੁਣ ਮੈਂ ਤੇਰੇ ਨਾਲ ਜਾਵਾਂ ਛੋੜੇ ਹੋਏ ਨਾਲ, ਜਾ ਵਗ ਜਾ। ਆ ਚੰਗਾ ਬਹਿ ਜਾ। ਓਏ ਮੈਂ ਨਹੀਂ ਜਾਂਦਾ। ਮਾਮਾ ਨਹੀਂ ਬਾਈ, ਵਗ ਜਾ। ਮਾਮਾ ਬਹਿ ਜਾ। ਓਏ ਵਗ ਜਾ, ਮਾਮੇ ਭਾਣਜੇ ਤੇ ਬਿਜਲੀ ਬਿਜਲੀ ਡਿੱਪੇ ਨਹੀਂ ਹੁੰਦੀ ਹੈ, ਬਿਜਲੀ ਡਿੱਪੇ ਨਹੀਂ ਹੁੰਦੇ ਮਾਮੇ ਭਾਣਜੇ ਤੇ ਕੁੱਤਿਆ। ਜਦੋਂ ਮੈਂ ਇੱਥੇ ਤੱਕ ਆ ਗਿਆ, ਤੇਰਾ ਆਸਾਨ ਕਰਾਉਂ ਮੈਂ ਛੜੇ ਹੋਏ ਦਾ, ਡੱਕਿਆ ਹੋਇਆ ਮੇਰਾ ਸਾਲਕੜਾ। ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਬਾਬਾ ਸਰਤਾਜ ਖਾਨ, ਸੰਪਰਕ ਕਰੋ 9878640089। ਪਰੇਸ਼ਾਨੀ ਕੋਈ ਵੀ ਹੋਵੇ, 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਜਿਵੇਂ ਪ੍ਰੇਮ ਵਿਆਹ ਚ ਰੁਕਾਵਟ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਖੋਇਆ ਪਿਆਰ ਵਾਪਸ ਪਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਨੌਕਰੀ ਕਾਰੋਬਾਰ ਚ ਰੁਕਾਵਟ, ਕਰਜ਼ਾ ਮੁਕਤੀ, ਮੋਹਣੀ ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ, ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਬਾਬਾ ਸਰਤਾਜ ਖਾਨ, ਸੰਪਰਕ ਕਰੋ 9878640089। ਗੁੜੇ ਪਾਲੀ, ਆ ਜਾ ਤਾਈ, ਆ ਜਾ। ਅਜੇ ਦੁੱਧ ਲੈਣੀ ਨਹੀਂ ਆਈ ਭਾਈ। ਸਤਿ ਸ਼੍ਰੀ ਅਕਾਲ ਭਾਈ, ਹੋਰ ਠੀਕ ਹੈ? ਤਾਈ ਬਸ ਘਰ ਦੇ ਕੰਮ 'ਚ ਨਾ ਮੈਨੂੰ ਟਾਈਮ ਹੀ ਨਹੀਂ ਲੱਗਿਆ ਹੈਗਾ। ਲੈ ਉਹਨੂੰ ਮੁੰਡੇ ਨੂੰ ਭੇਜ ਦੇਣਾ ਸੀ ਦੁੱਧ ਲੈਣ, ਦੱਸ ਮੈਂ ਕਿੱਥੇ, ਮੈਂ ਗੋਡੇ ਦੁੱਖਦੇ ਨੇ ਪਹਿਲੇ, ਮੈਂ ਤਾਂ ਮਸਾਂ ਆਈ ਹਾਂ ਕਿ ਦੁੱਧ ਦੇਣ। ਮੇਲਾ ਤਾਂ ਤਾਈ ਕੰਪਨੀ ਵਾਲਿਆਂ ਨੇ ਉੱਥੇ ਭੇਜਤਾ, ਰਾਜਪੁਰੇ ਬਾਊ ਨੇ। ਮੈਂ ਤੜਕੇ ਡਿੱਕਣਾ ਕਿ ਵੀ ਦੁੱਧ ਨਾ ਖਰਾਬ ਹੋ ਜਾਵੇ, ਮੈਂ ਫਿਰ ਜਿਹੜਾ ਫੜਾਏ ਹੋਣੇ ਮਾਪੇ। ਉਹ ਤਾਂ ਹਫ਼ਤੇ ਵਾਸਤੇ ਗਿਆ ਹੋਇਆ, ਨਹੀਂ ਮੈਂ ਭੇਜ ਦਿੰਦੀ। ਚੱਲ ਭਾਈ, ਉਹ ਵੀ ਜ਼ਰੂਰੀ ਹੈ ਕੰਮ ਵੀ, ਤੂੰ ਆ ਜਾ ਕਰ, ਤੂੰ ਦੁੱਧ ਪਾ ਲਿਆ ਕਰ। ਤਾਈ ਬਸ ਮੈਂ ਇਹ ਕੰਮ ਕਰ ਕਰਕੇ ਆਉਣਾ ਸੀ, ਹਾਲੇ ਥੋੜ੍ਹੇ ਜਿਹੇ ਭਾਂਡੇ ਭੁੰਡੇ ਰਹਿ ਗਏ। ਮੈਂ ਵੀ ਕੰਮ ਛੱਡ ਕੇ ਆਈ ਹਾਂ। ਹੋਰ ਹੋਰ ਚਾਹ ਪੀਏਂਗੀ? ਨਾ, ਚਾਹ ਤਾਂ ਹੁਣੇ ਪੀ ਕੇ ਆਈ ਹਾਂ। ਤੇ ਸੱਚੋ ਉਹ ਮੈਂਬਰੀ ਦਾ ਕੀ ਬਣਿਆ ਤੇਰੇ ਦਾ? ਕਿਹੜੀ ਮੈਂਬਰੀ ਤਾਈ, ਕਿਹਨੇ ਕਹਿਤਾ ਮੈਂ ਕਿੱਥੇ ਮੈਂਬਰੀ 'ਚ ਜਾ ਰਹੀ ਹਾਂ? ਉਹ ਭੋਲਾ ਨਹੀਂ ਆਉਂਦਾ ਤੇ ਤੁਹਾਡੇ ਘਰੇ, ਉਹ ਵੀ ਨਹੀਂ ਦਿਖਿਆ ਹੈਗਾ, ਮਹੀਨਾ ਸਾਰਾ ਹੋ ਗਿਆ। ਕੁੜੀ ਕੀ ਗੱਲ, ਤੁਹਾਡੇ 'ਚ ਕੋਈ ਗੱਲਬਾਤ ਹੋਈ ਹੈਗੀ? ਨਾ ਤਾਈ, ਇਹੋ ਜਿਹਾ ਤਾਂ ਕੁਛ ਨਹੀਂ ਹੈਗਾ, ਮੈਨੂੰ ਕੀ ਪਤਾ ਉਹ ਕਿੱਥੇ ਆ, ਮੈਂ ਕਿਹੜਾ ਉਹਨੂੰ ਪੁੱਛਿਆ। ਅੱਗੇ ਤਾਂ ਮੈਂ ਹਾਂ ਰੋਜ਼ ਵਾਂਗੂ ਹੀ ਆਉਂਦਾ ਸੀ ਕਦੇ ਤੁਹਾਡੇ। ਕਿੱਥੇ ਤਾਈ, ਉਹ ਤਾਂ ਕੰਮ ਕਰਨ ਨੂੰ ਆ ਜਾਂਦਾ ਕੋਈ। ਤੈਨੂੰ ਪਾ ਕੇ ਬੜੀ ਆਖੇ ਅੱਡੀ ਚੱਕ ਕੇ ਫਾਹ ਲੈ ਕੇ, ਮੈਂਬਰ ਬਣਾਉਣੇ ਮੈਂਬਰ ਬਣਾਉਣੇ ਤੈਨੂੰ। ਕਿੱਥੇ ਤਾਈ, ਮੈਂ ਕਿੱਥੇ ਇਹਨਾਂ ਕੰਮਾਂ 'ਚ ਪੈਣ ਵਾਲੀ ਹਾਂ, ਮੈਂ ਤਾਂ ਉਵੇਂ ਕਹੀ ਜਾਂਦੇ ਨੇ, ਹਵਾ ਫੈਲਾ ਰੱਖੀ ਆ ਮੇਰੀ। ਫਿਰ ਉਹ ਆਇਆ ਨਹੀਂ, ਕਿਹੜਾ ਨਹੀਂ ਮਾਰਿਆ ਉਹਨੇ? ਨਾ ਹੁਣ ਤਾਂ ਨਹੀਂ ਆਇਆ ਹੈਗਾ ਉਹ, ਤਾਂ ਹੀ ਨਹੀਂ ਦੇਖਿਆ ਮੈਨੂੰ, ਮਹਾਂ ਲੈ ਦੇ ਹੁਣ ਤਾਂ ਮਹਾਂ ਦਿਖਦੇ ਹੀ ਨਹੀਂ ਕਿਸੇ ਪਾਸੇ, ਭੁੱਲਾ ਵਾਂ। ਤਾਈ ਮੈਨੂੰ ਕੀ ਪਤਾ ਉਹ ਕਿੱਥੇ ਆ। ਹੋਰ ਠੀਕ ਠਾਕ ਹੈ, ਕੰਮ ਕਾਰ ਵਧੀਆ ਚੱਲੀ ਜਾਂਦਾ ਹੈ? ਹੋਰ ਤਾਂ ਸਾਰਾ ਵਧੀਆ, ਬਸ ਮੇਲੇ ਦਾ ਵਧੀਆ ਚੱਲ ਰਿਹਾ ਕੰਮ? ਮੇਲੇ ਦਾ ਤਾਂ ਸੁੱਖ ਨਾਲ ਠੀਕ ਆ ਹਲੇ। ਅੱਛਾ, ਚਲੋ ਭਾਈ, ਉਹ ਤਾਂ ਹਫ਼ਤੇ ਵਾਸਤੇ ਭੇਜਿਆ ਹੋਇਆ ਰਾਜਪੁਰੇ। ਚੱਲ ਠੀਕ ਹੈ, ਮੈਂ ਜਾਂਦੀ ਹੈਗੀ। ਚਾਹ ਤਾਂ ਪੀ ਜਾ। ਨਾ, ਮੈਂ ਤਾਂ ਚਾਹ ਹੁਣੇ ਪੀ ਕੇ ਆਈ ਹਾਂ ਪੁੱਤ, ਮੈਂ ਦੁੱਧ ਫੜਾਇਆ ਵਾਂ, ਟਾਈਮ ਨਾਲ ਦੁੱਧ ਪਾ ਲਿਆ ਕਰ ਪੁੱਤ। ਕੋਈ ਨਾ ਤਾਈ, ਮੈਨੂੰ ਵੀ ਸਾਹਮਣਾ ਔਖਾ ਹੋ ਜਾਂਦਾ। ਚੰਗਾ ਪੁੱਤ, ਚੱਲ ਵਧੀਆ ਫਿਰ ਆ, ਤੁਸੀਂ ਲੈ ਆਏ। ਹੋਰ ਬਿਡਰ ਜੇ ਨਾਲ ਮੇਰੇ ਸਾਡੇ ਨਾਲ ਵਗੀ ਨਾ ਗਿਆ, ਆਕੜ ਆਕੜ 'ਚ ਮੈਂ ਵੀ ਨਸਕਾਨ ਕਰਾ ਲਿਆ, ਹੁਣ ਤੁਰਿਆ ਜਾਂਦਾ ਮੋਟਰ 'ਤੇ ਪਾਣੀ ਦੇਖਣ ਦੇ। ਆਕੜ ਮੇਰੇ ਸਾਲੇ ਦੀ ਜ਼ਿਆਦਾ ਨੁਕਸਾਨ ਕਰ ਦਿੰਦੀ ਆ ਕਦੇ ਕਦੇ। ਆਹ ਪਿਆਰੋ, ਪਾਣੀ ਤਾਂ ਫੇਰ ਰਾਹ ਜਾਂਦੀ ਏ ਮੁਟਿਆਰੇ ਨੀ, ਪਾਣੀ ਪੀ ਜਾ ਡੱਬੇ ਦੇ ਨਾਲ ਨਾਰੇ ਨੀ। ਪਾਣੀ ਪੀ ਲਓ ਜੀ, ਕੀ ਗੀਤ ਜੇ ਗਾਈ ਜਾਂਦਾ ਗਾ। ਪਾਣੀ ਕਹਿਣਾ ਜੀ ਮਾਲਕੋ, ਮਹਾਂ ਗਰਮੀ ਆ, ਮੂੰਹ ਸੁੱਕ ਗਿਆ ਹੂ ਬੇ। ਬਸ ਪਾਣੀ ਤਾਂ ਮੈਂ ਪੀ ਕੇ ਆਈ ਆ, ਤੈਨੂੰ ਮੇਰੀ ਬਾਹਲੀ ਸੋਚ ਆ ਗਈ।
ਸੋਚਦਾ ਹੁੰਦੀ ਹੈ ਜੀ। ਕਿੱਧਰ ਜਾਂਦੇ ਹੋ ਐ ਬਣ ਠਣ ਕੇ? ਵੇ ਮੈਂ ਤਾਂ ਹਰੇ ਨੂੰ ਜਾਂਦੀ ਸੀ, ਕਿਹੜਾ ਬਣ ਠਣ ਕੇ, ਮੈਂ ਤਾਂ ਸਨਾਮ ਗਈ ਸੀ, ਆਉਂਦੀ ਉਹ ਦਾਤੀ ਪੱਲੀ ਕੱਖਾਂ ਨੂੰ ਚੱਕ ਲਈ। ਅੱਛਾ ਹਾਂ, ਕੱਪੜੇ ਤਾਂ ਫਿਰ ਮਿਲਣੀ ਮੁਲਣੀ ਵਾਲੇ ਲੱਗਦੇ ਨੇ ਮੈਨੂੰ। ਹੈਂ ਮਿਲਣੀ ਮੈਂ ਕਿੱਥੇ ਕਰਿਆਈ? ਕਰਿਆ ਆਉਂਦੀ ਮੱਥੇ ਤੇ ਬਿੰਦੀ ਵੀ ਲਾਰ ਕੇ, ਉਹ ਛੋਟੀ ਜੀ ਮੈਂ ਤਾਂ ਦੱਸ ਤੈਨੂੰ ਮੈਂ ਦੱਸੀ ਤਾਂ ਜਾਂਦੀ ਆ ਦੁੱਖ ਵੀ ਮੈਂ ਸਨਾਮ ਗਈ ਸੀ, ਸਨਾਮੋ ਸਿੱਧੀ ਪੱਲੀ ਚੱਕ ਕੇ ਘਰੋਂ ਇੱਧਰ ਆ ਗਈ। ਉੱਥੇ ਬਿੰਦੀ ਕਿਹਨੇ ਲਾਤੀ ਸਨਾਮ? ਮੈਂ ਬਿੰਦੀ ਕਿਹਨੇ ਲਾਈ ਆ, ਮਰ ਜਾਣੇ ਬਿੰਦੀ ਮਈਓ ਲਾ ਕੇ ਗਈ ਤੇ ਹੋਰ ਕਿਹਨੇ ਲਾਤੀ ਬਿੰਦੀ ਮੇਰੇ? ਠੀਕ ਆ ਠੀਕ ਆ, ਮੈਂ ਵੱਢ ਦੇਣਾ ਥੱਬਾ ਕੱਖਾਂ ਦਾ, ਕਾਹਨੂੰ ਗਰਮੀ ਆ ਐਵੇਂ? ਨਾ ਨਾ ਮੈਂ ਤਾਪੀ ਵੱਢ ਲੂੰਗੀ, ਨਾ ਜ਼ਿਆਦੇ ਪਕਾਈ ਜੀ ਮਾਰ। ਹੈਂ ਉਈ ਬੋਲੀ ਜਾ ਨਾ ਤੂੰ ਜਾਦੀ, ਮੈਂ ਬੋਲਣ ਨੂੰ ਮਾੜੀ ਨਹੀਂ ਕਹੀ ਤੈਨੂੰ, ਚੌਕੀ ਨਹੀਂ ਕਹੀ ਹੂੰ ਤਾਂ ਜਾਣੀ ਨਹੀਂ ਆ। ਬਿੰਦੀ ਕਿਵੇਂ ਲਾ ਲਈ, ਫਲਾਣਾ ਲਾ ਲਈ, ਟਿਕੜਾ ਲਾ ਲਈ, ਬੇਲਣਾ ਜਾਏ ਲਾ ਤੂੰ ਬਾੜਾ ਸੋਹਣਾ ਗਾ, ਸੋਹਣਾ ਮੈਂ ਤਾਂ ਸੋਹਣਾ, ਦਾ ਰੰਗ ਰੂਪ ਦਾ ਦੋ ਹੀ ਹੁੰਦੇ ਨੇ ਦੁਨੀਆ ਤੇ, ਇਹ ਤਾਂ ਬੰਦੇ ਦਾ ਹੱਥ ਦਾ ਹੁਨਰ ਚਾਹੀਦਾ। ਮੇਰੇ ਵਰਗੀ ਤਾਂ ਗੱਡੀ ਨਹੀਂ ਚਲਾ ਸਕਦਾ ਕੋਈ, ਡਰਾਈਵਰ ਮੰਨਿਆ ਪਰ ਮੰਨਿਆ ਸਾਰੇ ਪੰਜਾਬ ਤੋਂ। ਅੱਛਾ ਬੈਸਟ ਨਿਕਲਦੇ ਰਹਿਣ ਦੋ ਤਿੰਨ ਮੇਲਿਆਂ ਤੋਂ ਤਾਂ ਮੈਂ। ਹਾਂ ਰਹਿਣ ਦੇ, ਕਰ ਇਹਨੇ ਗੱਪ ਨਾ ਰੋੜਾ, ਘਰ ਉੱਡ ਜਾਣੇ ਆ। ਫੁੱਟ ਕਰ ਗਿਆ ਨਾ, ਮੈਂ ਨਹੀਂ ਪੀਂਦੀ ਪਾਣੀ ਪੂਣੀ, ਮੈਂ ਤਾਂ ਕੱਖ ਵੜਦੀ ਆ ਥੱਬਾ, ਧੁੱਪ ਚੜਦੀ ਜਾਂਦੀ। ਤੂੰ ਮੈਨੂੰ ਪਿਆ ਪਰ ਪਾਣੀ ਵੇ, ਮੈਂ ਤੈਨੂੰ ਕਿਵੇਂ ਪਾਣੀ ਪਿਆ ਦੂੰ? ਯੂਪੀ ਚ ਰੋਜ ਜਾਣਾ, 18 ਟਾਇਰਾ ਟਰੱਕ ਹੈ, ਜੇ ਮੈਂ ਮਾਰਦਾ 18 ਟਾਇਰਾ ਟਰੱਕ ਨਾ ਮੇਰੇ ਤੀਵੀਆਂ ਦਾ ਭਰ ਕੇ ਲਿਆਉਂ। ਸਰਕਾਰ ਤਾਂ ਬਣਦੀ ਆ, ਸਰਕਾਰ ਤਾਂ ਬਣਦੀ ਆ ਡਿਪੂਆਂ ਚ ਕਣਕਾਂ, ਮੈਂ ਤੈਨੂੰ ਪਤਾ ਤੀਵੀਆਂ ਵੰਡਾ ਕਰਾਂ। ਹਾਏ ਬੇ ਮਰ ਜਾਣਿਆ, ਤੇਰੇ ਪਰ ਕੋਈ ਫਿਰ ਨਹੀਂ ਮੰਗੂ, ਫੜ ਕੇ ਢਾਲੂ ਇਹ ਜੀ ਲਾਏਗਾ ਕਿਸੇ ਤੀਮੀ ਦੇ ਹੱਥ ਤੋਂ। ਕੰਮ ਕਰਾ, ਆ ਜਾ ਬੇ ਮਾਸਟਰਾਂ ਜਾ ਦੇ, ਮੈਂ ਤੈਨੂੰ ਵੱਧ ਘੱਟ ਕੁੜੀ ਕਰਨ ਨਹੀਂ ਗਈ। ਨਾਲੇ ਹੋਰ ਨਾਲੇ ਕੁੜੀ ਕਹਿ ਜਾਂਦਾ, ਨਾਲੇ ਫਰਕ ਭੋਰਦਾ ਮਾਰ, ਬੰਦਾ ਕੱਲਾ ਦੇਖਿਆ ਨਹੀਂ ਮਗਰ ਮੂਰੇ ਫਿਰਦੀਆਂ ਨੇ ਬੰਦੇ ਦੇ, ਬੁੜੀਆਂ ਨਹੀਂ ਚੱਲਦੀ ਅੱਜ ਕੱਲ, ਬੰਦਾ ਨਹੀਂ ਦੇਖਿਆ ਤਾਂ ਧਰ ਲੂੰ ਕੋਟਾ, ਜਿਆਦੇ ਬੋਲਦਾਂਗਾ ਤਾਂ ਉਹ ਕੱਸ ਚ ਲੈ ਲੂ ਮੈਂ, ਕਹਿੰਦਾ ਫਿਰਦਾ ਹਕਾਰ ਬਗ ਜਾ ਇੱਥੋਂ। ਮੈਂ ਤੈਨੂੰ ਕੀ ਕਿਹਾ ਹੈਗਾ? ਫਿਰ ਕਹਿੰਦਾ ਤੈਨੂੰ ਕੀ ਕਿਹਾ ਹੈਗਾ? ਕਹਾਂ ਮੈਂ ਤੈਨੂੰ ਕੁਛ? ਕੋਈ ਨਾ, ਅੱਜ ਜੇ ਤੇਰੀ ਨਾ ਦਾੜੀ ਪਟਾਈ ਤੂੰ ਕੀ ਜਾਣੇਗਾ? ਲੇਕਰ ਤੂਤਾ ਪਹਿਲਾਂ ਕਟਾਈ ਆਉ, ਮੈਂ ਛੇਪ ਕਰਾਇਆ ਕਟਾਲੀ ਦਾੜੀ ਪਟਾਉਣੀ ਕਰਦਾ ਕੀ ਲੱਛਣ ਫਿਰਦਾ ਮਲੰਗ ਕਿਸੇ ਥਾਂ ਦਾ, ਲਾ ਕੇ ਲਾਲ ਪੀਲੀ ਸੁਰਖੀ ਕੱਖਾਂ ਨੂੰ ਜਾਂਦੀ ਹੈ, ਟੌਂਡਾ ਕਿਸੇ ਥਾਂ ਦਾ, ਆ ਕੱਪੜੇ ਵੇਖ ਲਾ ਸੜੇ ਹੋਏ, ਜੇ ਤੀਵੀਂ ਹੋਵੇ ਧੋਵੇ ਮਲੰਗਾਂ, ਤੂੰ ਤੋਂ ਦੇ, ਤੂੰ ਤੋਂ ਜਾ ਦੇ ਆ ਹੋਵੇ, ਕੋਈ ਇਹੋ ਜਿਹਾ ਮਲੰਗ ਨੂੰ ਨਹੀਂ ਸਿਆਣਦੀ, ਮੇਰਾ ਚਾਹ ਕਿਵੇਂ ਆਉਂਦਾ ਮਾਗਰ ਮੁਸਕ ਦਾ ਘਰ, ਗੱਦੜਾਂ ਦਾ ਕੂੰ ਚੜ ਗਿਆ ਸਮਾਨੀ, ਸੜੇ ਹੋਏ ਨੇ ਲੱਤਾਂ ਹੁੰਦੇ ਨੇ ਤੇਰੇ ਚੋਂ, ਹੋਰ ਆਉਂਦੀਆਂ ਨੇ ਫਿਰ ਆ ਜਾ, ਕੰਮ ਕਰ ਸੁਣਾ ਆਪਦਾ, ਵੀ ਫਿਰਦੇ ਨੇ ਤੇਰੇ ਵਰਗੀਆਂ, ਤੇਰੇ ਵਰਗੇ ਵੀ ਫਿਰਦੇ ਨੇ ਮਲੰਗ ਚੌਰੇ ਸੜਿਆ ਹੋਇਆ, ਹੜ ਹੜਕਾ ਦੀ ਲਵਰੀ ਕੋਤੀ ਕਰਦਾ ਕੀ ਲੱਛਣ ਫਿਰਦਾ ਲੰਗਾੜਾ, ਸਿਆਪਾ ਹੀ ਕਰ ਲਿਆ ਤੀ ਮੇਰਾ ਸਾਲਾ, ਭਰਿੰਡ ਤਾਂ ਬਹੁਤ ਤੇਜ਼ ਹੋ ਗਈ, ਪਹਿਲਾਂ ਤਾਂ ਨਰਮ ਤੀ ਇਹ ਯਾਰ, ਮੈਂ ਮਾੜੀ ਨਹੀਂ ਕਹੀ ਚੰਗੀ ਨਹੀਂ ਕਹੀ, ਪਾਣੀ ਨਹੀਂ ਕਿਹਾ ਮੇਰੇ ਸਾਲੇ ਦਾ, ਕੋਈ ਜ਼ਹਿਰ ਤਾਂ ਨਹੀਂ ਪਿਆਤੀ ਤੀ, ਹਾਈ ਨਹੀਂ ਟਾਈਮ ਵਧੀਆ ਰਹੇਗਾ, ਜਗਰੂਪ ਗੱਡੀ ਤੀ ਵਗ ਜਾ, ਨਹੀਂ ਐਂ ਨਹੀਂ ਪਤਾ ਗੱਡੀ ਤੇਰੇ 'ਤੇ ਚੜ੍ਹਾ ਦੇ ਕੋਈ। ਚਾਚੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰੀ, ਗੱਲ ਸੁਣੀ? ਹਾਂ ਚਾਚੀ। ਵੀ ਤੇਰਾ ਚਾਚਾ ਨਹੀਂ ਦਿਖਦਾ ਹੈਗਾ, ਭੋਲਾ ਮੈਂਬਰ ਕਿੱਥੇ ਆ? ਉਹ ਚਾਚੀ ਘਰੇ ਰਹਿੰਦਾ। ਘਰੇ ਰਹਿੰਦਾ? ਹਾਂ। ਮੈਂ ਤੁਹਾਨੂੰ ਫੋਨ ਵੀ ਕਰਾਉਣਾ, ਮੇਰਾ ਫੋਨ ਵੀ ਨਹੀਂ ਚੱਕਿਆ ਹੈਗਾ। ਕੀ ਗੱਲ ਚਾਚੀ? ਪਤਾ ਨਹੀਂ ਠੀਕ ਹੈਗਾ। ਠੀਕ ਹੈ ਚਾਚੀ ਤਾਂ ਉਹਨੂੰ। ਅੱਛਾ ਫਿਰ ਐਂ ਕਰੀ, ਉਹਨੂੰ ਮੇਰਾ ਇੱਕ ਸੁਨੇਹਾ ਲਾਈ। ਕਿਹੜਾ ਚਾਚੀ? ਉਹਨੂੰ ਕਹੀ ਵੀ ਮੈਨੂੰ ਮਿਲ ਕੇ ਜਾਵੇ, ਮੈਨੂੰ ਕੰਮ ਤੀ ਉਸ ਨਾਲ ਕੋਈ। ਠੀਕ ਹੈ ਚਾਚੀ, ਜੇ ਮਿਲਿਆ ਮੈਂ ਕਹਿ ਦੂੰਗਾ ਉਹਨੂੰ। ਹਾਂ ਪੱਕਾ ਕਹਿ ਦੀ। ਅੱਛਾ ਹਾਂ, ਮੈਂ ਉੱਧਰ ਹੀ ਜਾ ਰਿਹਾ ਉਹਨਾਂ ਘਰ ਕਿ ਨਹੀਂ। ਅੱਛਾ ਹੋਰ ਆ ਜਾ, ਚਾਹ ਪੀ ਜਾ। ਬਸ ਚਾਚੀ ਚੱਲ, ਤੂੰ ਵੀ ਮਾਰ ਲਈ ਗੇੜਾ। ਠੀਕ ਹੈ ਚਾਚੀ, ਖਾਸੇ ਦਿਨ ਹੋ ਗਏ ਤੈਨੂੰ। ਸੜਿਆ ਹੋਇਆ ਮਲੰਗ ਕਿੱਥੇ ਮਗਰ ਪਿਆ ਚੌਰਾ। ਕੀ ਗੱਲ ਭਾਈ? ਆ ਦੇਖ ਚਾਚਾ ਜੀ, ਆ ਜਰੂਪ ਕਿ ਪਤਾ ਨੀ ਕੀ ਉਹਦਾ, ਮਰ ਜਾਣੇ ਦਾ ਨਾਂ ਵੀ ਨੀ ਆਉਂਦਾ ਡਰਾਈਵਰ ਦਾ, ਪਿੰਡ ਚ ਕੀ ਕਹਿੰਦੇ ਨੇ ਉਹਨੂੰ, ਥੇ ਹੋਣੇ ਜਗਰੂਪ ਡਰਾਈਵਰ ਕਿੱਥੇ ਹੈਗਾ? ਇੱਥੇ ਮਰਦਾ ਤੇ ਆ ਮੋਟਰ ਤੇ।
ਅੱਛਾ ਕੀ ਹੋ ਗਿਆ? ਚਾਚਾ ਜੀ ਮੈਂ ਤਾਂ ਖੇਤ ਆਈ ਸੀਗੀ ਕੱਖਾਂ ਨੂੰ, ਆਪ ਪੁੱਠੇ ਸਿੱਧੇ ਟੱਪੇ ਬੋਲਣ ਲੱਗ ਗਿਆ ਉਹਦਾ ਕਿ ਮਤਲਬ ਸੀ ਮੈਨੂੰ ਬੋਲਣ ਦਾ, ਪੁੱਠੇ ਸਿੱਧੇ ਟੱਪੇ ਬੋਲਣ ਲੱਗ ਗਿਆ। ਹੋਰ ਚਾਚਾ ਜੀ ਫੇਰ ਨਾ ਕਿਹੋ ਵੀ ਮੈਂ ਇਕੱਠ ਕਰ ਲਿਆ ਜਾਂ ਮੈਂ ਪੰਚਾਇਤ 'ਚ ਸੱਦ ਲਿਆ। ਹਾਂ ਪੰਚਾਇਤ ਲੈ, ਪੰਚਾਇਤ ਦਾ ਤੇਰੇ ਕੋਲ ਖੜੇ ਤਾਂ, ਪੰਚਾਇਤ ਕਰਕੇ ਕੀ ਕਰਨਾ ਗਾ, ਕੀ ਕਰਨਾ ਦੀ ਭਾਈ? ਚਾਚਾ ਜੀ ਮਾੜਾ ਚੰਗਾ ਬੋਲਦਾ ਤੂੰ, ਗਾਣੇ ਗਾਉਂਦਾ ਕਿਧਰੇ ਕਿਵੇਂ ਕਿਧਰੇ ਕਿਵੇਂ ਠਰਕ ਭੋਰਦਾ ਗਾ, ਮੈਨੂੰ ਸ਼ਰਮ ਨਹੀਂ ਆਉਂਦੀ। ਕਿਹੜਾ ਗਾਣਾ ਗਾਉਂਦੀ ਭਾਈ? ਗਾਣਾ ਚਾਚਾ ਜੀ ਤੁਹਾਨੂੰ ਕੀ ਦੱਸਾਂ, ਤੁਸੀਂ ਵੱਡੇ ਥਾਵੇਂ ਲੱਗਦੇ ਹੋਵੋਗੇ। ਅੱਛਾ ਫਿਰ ਕਹਿ ਦੋਗੇ ਭਾਈ ਕਿਵੇਂ ਬੋਲਦੀ ਆ ਬਹੂ? ਚੱਲ ਕੋਈ ਨਾ ਕੋਈ ਨਾ, ਗਹਾਣਾ ਦੱਸੀ ਕਿਸੇ ਨੂੰ ਗੱਲ, ਮੇਰਾ ਆੜੀ ਆ, ਮੈਂ ਆਪੀ ਸਮਝਾ ਦੂੰ। ਮੈਂ ਚਾਚਾ ਜੀ ਮੈਂ ਤਾਂ ਤੁਹਾਡੇ ਕਰਕੇ ਚੁੱਪ ਕਰ ਗਈ, ਸਿਆਣੇ ਬੰਦੇ ਕਰਕੇ, ਨਹੀਂ ਤਾਂ ਇਹਦਾ ਮੈਂ ਇਹ ਜਿਹਾ ਕਰਾਉਂਦੀ ਚਾਹ ਪਾਣੀ ਜਿਹੜਾ ਇਹ ਯਾਦ ਰੱਖਦੇ। ਮੈਂ ਤਾਂ ਇਹਦਾ ਹੁਣ ਲੈ ਲੈਂਦੀ ਝੁੱਗੇ ਦਾ ਮੇਚਾ ਚਾਚਾ ਜੀ। ਮੈਂ ਆਪੀ ਛਿੱਤਰ ਲਾ ਦੂੰ ਤੇ ਚਾਰ ਕਿਸੇ ਨੂੰ ਗਹਾਣਾ ਦੱਸੀ ਗੱਲ, ਚੰਗਾ? ਕੋਈ ਨਾ ਚਾਚਾ ਜੀ ਤੁਹਾਡੇ ਕਰਕੇ ਚੁੱਪ ਕਰ ਜਿੰਨੇ ਆਂਗੇ। ਕਿਹੜਾ ਗਾਣਾ ਗਾਉਂਦੀ ਭਾਈ? ਚਾਚਾ ਜੀ ਕਾਹਨੂੰ ਤੁਸੀਂ ਵੀ ਬਸ ਬਾਲਾ ਉਹ ਕਰ ਲਾਂਗੇ। ਚਲ ਮੈਂ ਤਾਂ ਉਹ ਪੁੱਛਦਾ ਦੀਗਾ, ਉਸੇ ਨੂੰ ਪੁੱਛ ਲਿਓ। ਲੈ ਦੱਸ ਚਾਚਾ ਵੀ ਸਿਆਣਾ ਬੈਣਾ ਗਾਣਾ ਮੈਨੂੰ ਇਹ ਪੁੱਛਣਾ ਬੈਣਾ ਚਾਚਾ? ਲੈ ਬੇਸ਼ਰਮ, ਇਹਨੂੰ ਤਾਂ ਆਪਣੀ ਸ਼ਰਮ ਆਉਂਦੀ ਚੌਰੇ ਨੂੰ। ਲੈ ਕਿੱਥੇ ਤਾਂ ਇਹਨੇ ਕੁੜੀਆਂ ਕਤਰੀਆਂ ਦੀ ਬਹੁਆਂ ਧੀਆਂ ਦੀ ਮੇਰ ਕਰਾਉਣੀ ਤੀ, ਕਿੱਥੇ ਸਵਾਦ ਲੈਂਦਾ ਫਿਰਦਾ ਚੌਰਾ ਬੇਸ਼ਰਮ। ਇਹ ਮੇਰੇ ਕੀ ਮੈਨੂੰ ਲੱਗਦਾ ਸੈੱਟ ਕਰੂਗਾ, ਕਿਹੜਾ ਇਹ ਉਹਨੂੰ ਸੈੱਟ ਕਰੂ ਡਰਾਈਵਰ ਨੂੰ, ਇਹ ਤਾਂ ਆਪੇ ਸਵਾਦ ਲੈਣ ਲੱਗ ਗਿਆ। ਕਾਹਦੀਆਂ ਗੱਲਾਂ ਨੇ, ਬਸ ਅੱਜ ਕੱਲ੍ਹ ਤਾਂ ਤਿਰਗ ਹੱਲ ਗਿਆ, ਜਮੀ ਨਹੀਂ ਟਾਈਮ ਰਿਹਾ ਇਕੱਲੇ ਕਲਾਪੇ ਦਾ ਖੇਤ ਆਉਣ ਦਾ। ਲੈ ਕੀ ਦੱਸ ਕੋਈ ਕਰੂਗਾ ਕੀ ਨਾ ਕਰੂਗਾ। ਆ ਗਿਆ ਜੀ ਗਰੁੱਪ, ਸੁਣ ਤਾਂ ਲੈ ਗੱਲ, ਤਾਂ ਸੁਣ ਮੇਰੀ ਉਰੇ, ਸੁਣ ਤਾਂ ਲੈ ਅੜੀ, ਸੁਣ ਓ ਗੱਲ ਸੁਣ ਅੜੀ, ਗੱਲ ਤਾਂ ਸੁਣ ਲਾ, ਬੋਲਦਾ ਨਹੀਂ ਹੈਗਾ। ਹੈ ਕੀ ਹੋ ਗਿਆ? ਹੈ ਬੋਲਦਾ ਪਿਆ ਕੀ ਹੋ ਗਿਆ? ਕੰਜਰ ਦਾ ਗੂੰਗੇ ਗੂੜੇ ਖਾ ਗਿਆ ਜਮੀ, ਕੋਈ ਗੱਲ ਨਹੀਂ ਪਰਾਂ ਬਾਗ। ਹੈ ਮੈਨੂੰ ਇਕੱਲਾ ਛੱਡ ਦੇ। ਕੀ ਹੋ ਗਿਆ? ਨਾ ਉਹ ਇੱਧਰ ਜੀਰੀ ਜਿਹੜਾ ਉਤਰੀ ਜਾਣਾ ਗਾ, ਮੈਂ ਤਾਂ ਪਹਿਲਾਂ ਵੀ ਜੀਰੀਆਂ 'ਚ ਵੀ ਆਇਆ। ਸੁਣ ਲੈ ਗੱਲ, ਪਹਿਲਾਂ ਵੀ ਜੀਰੀਆਂ 'ਚ ਆਇਆ, ਬੇੜੀ ਬੈਠੇ ਵਾਲਾ ਪਹਿਲਾਂ ਵੀ ਜੀਰੀਆਂ 'ਚ ਆਇਆ। ਬਸ ਗੱਲ ਤਾਂ ਸੁਣ ਲੈ, ਗੱਲ ਕਿਉਂ? ਮੇਰੀ ਕੋਈ ਗੱਲ ਨਹੀਂ ਯਾਰ, ਮੈਂ ਤੇਰਾ ਰੌਲਾ ਨਵੇੜ ਕੇ ਆਇਆ ਉੱਥੇ ਜਿਹੜੀ ਤੀਵੀਂ ਛੇੜ ਤੀ ਹੁਣ ਤਾਂ। ਕਿਹੜੀ ਵੀਰੇ ਸੜੇ ਦਾ ਕੀ ਹੋ ਗਿਆ? ਕਿਹੜੀ ਤੀਵੀਂ ਛੇੜ? ਆ ਜਿਹੜੀ ਹੁਣ ਇੱਥੋਂ ਲੰਘੀ ਦੀ ਪਿਆਰੋ, ਮੈਂ ਉਹਨੂੰ ਕੀ ਕਿਹਾ ਹੈ? ਤੇ ਗੰਦੇ ਗੀਤ ਗਾਏ ਉਹਨੂੰ ਦੇਖ ਕੇ। ਚੱਲ ਗਾਤੇ ਸੀ ਗਾਤੇ ਸੀ, ਬਸ ਉੱਪਰ ਰੱਖੀ ਪੰਚਾਇਤ ਇਕੱਠੀ ਕਰਨ ਨੂੰ ਫਿਰਦੀ ਸੀਗੀ। ਬਾਗ ਨਾਲ ਤੂੰ ਬਾਗ, ਤੈਨੂੰ ਮੈਨੂੰ ਬੁਲਾਇਆ ਓ, ਮੈਂ ਟਕਾਤੀ ਉਹਨੂੰ, ਮੈਂ ਟਕਾਤੀ ਮਹਾ ਪੰਚਾਇਤ ਦਾ ਮਰਜਾਇਤ ਮੈਂਬਰਾਂ ਦਾ ਟਕਾਤੀ ਮੈਂਬਰੇ ਤਾਂ ਹੈਗਾ, ਹੋਰ ਮੈਂ ਕੰਜਰ ਦੇਖੀ ਹੈਗਾ। ਮੈਂ ਉਹਨੂੰ ਕਹਿਤਾ ਮਹਾ ਭਾਈ ਪੰਚਾਇਤ ਤੇਰੇ ਮੂਹਰੇ ਖੜੀ ਹੈਗੀ, ਤੈਂ ਇਕੱਠ ਕਰਨ ਦੀ ਲੋੜ ਆ, ਮੈਨੂੰ ਦੱਸ ਮਾ ਜਿਹੜੇ ਛਿੱਤਰ ਮਾਰਨੇ ਮੈਂ ਮਸਾਂ ਟਕਿਆ ਕਿ ਆਇਆ ਉਹਦਾ, ਕਹਿੰਦੀ ਸਰਪੰਚ ਕੋਲ ਜਾਊ, ਸਾਰੀ ਪੰਚਾਇਤ ਇਕੱਠੀ ਕਰੂੰਗੀ। ਆ ਆਪਾਂ ਸਰਪੰਚ ਕੋਲ ਚੱਲਦੇ ਆ। ਉਹ ਨਾਲੇ ਮੈਂ ਨੌਂ ਤਰੂੰ ਤੇਰਾ ਵਿੱਚ ਵੀ ਇਹ ਮੇਰੇ ਨਾਲ ਜਗੋਂ ਤੇਰੇ ਵੀ ਕਰਕੇ ਆਇਆ ਜੀ, ਇਹ ਮੈਨੂੰ ਛੱਡ ਕੇ ਆਇਆ ਉੱਥੇ ਤੋਂ। ਓਏ ਮੇਰੀ ਗੱਲ ਸੁਣ ਲਾ, ਛੱਡ ਕੇ ਨਹੀਂ ਆਇਆ ਮੈਂ ਤੈਨੂੰ, ਮੈਂ ਤੇਰੇ ਨਾਲ ਅੱਜ ਤੋਂ ਬਾਅਦ ਮੇਰਾ ਕਾਟਾ ਮਿੱਤਰਾ। ਠੀਕ ਹੈ ਤੂੰ ਆਪਦੇ ਘਰੇ ਰਾਜਾ, ਮੈਂ ਆਪਦੇ ਟਰੱਕ ਤੇ ਰਾਜਾ। ਚੱਲ ਮੇਰੀ ਗੱਲ ਸੁਣ, ਮੈਂ ਪਤਾ ਕਿਉਂ ਛੱਡ ਕੇ ਆਇਆ? ਮਹਾ 10 ਦਿਨਾਂ ਬਾਅਦ ਤੇਰੀ ਭਰਜਾਈ ਆਏਗੀ, ਮਸਾਂ ਮਨਾ ਕੇ ਲਿਆਂਦੀ ਹੈ ਨਾ, ਮੈਨੂੰ ਐ ਦੀ ਮਹਾ ਚਲਾ ਪੈਰੀ ਪੂਰੀ ਹੱਥ ਲਾਏ ਹੋਣਗੇ ਨਾ, ਪੈਰੀ ਹੱਥ ਨਹੀਂ ਮੇਰੇ ਹੁੰਦੇ ਔਖਾ ਹੁੰਦਾ ਸਮਝ। ਓਏ ਐ ਨਹੀਂ, ਮੈਂ ਆਉਂਦੇ ਹੋਏ ਐ ਬਾਂਝ ਹੀ ਪਾ ਕੇ ਬਿਠਾਉਂਗਾ ਲੱਕ ਉੱਤੋਂ ਦੀ। ਐ ਬਾਂਹ ਤਾਂ ਤੇਰੇ ਗਲਤ ਨਾ ਬੜੇਗੀ ਤੇਰੇ ਕੰਜਰ ਦਾ ਕੰਮ ਮਰੇਗਾ। ਮੈਨੂੰ ਤਾਂ ਐ ਦੀ ਮਹਾ ਚਲ ਪਿਆਰ ਦੀਆਂ ਗੱਲਾਂ ਕਰਾਂਗੇ, ਪਰ ਤੈਨੂੰ ਪਤਾ ਹੈਗਾ ਤੀਵੀਂ ਯਾਦ ਦਾ ਕਿੱਥੇ ਬਣਦੀ ਆ। ਮੇਰੇ ਸਾਲੀ ਦੇ ਭੋਰਾ ਇੰਨਾ ਫਰਕ ਪਾ ਕੇ ਬੈਠੇ ਰਹੀ ਮੋਟਰ ਹੈਂ ਦੀ ਸੀਟ ਤੇ, ਵਧੀਆ ਉਹ ਤਾਂ ਟੈਂਪੂ ਟੂੰਪੂ ਪਹੁੰਚਾਉਣਾ ਸੀ ਤੜਕੇ। ਹੋਰ ਟੈਂਪੂ ਚਾਉਣਾ ਤੈਨੂੰ ਤਾਂ। ਚੱਲ ਮੇਰੀ ਗੱਲ ਸੁਣ, ਮੈਂ ਤਾਂ ਯਾਰੀਆਂ ਦੋਸਤੀਆਂ 'ਚ ਗੁੱਸੇ ਗਿਲੇ ਚੱਲਦੇ ਰਹਿੰਦੇ ਨੇਗੇ, ਯਾਰੀਆਂ ਪਿੱਛੇ ਯਾਰੀਆਂ ਟੁੱਟਦੇ ਹੁੰਦੇ ਨੇਗੀਆਂ। ਹੈ ਉਹ ਕਹਿੰਦੇ ਨੇ ਗੀਤ ਸੁਣਿਆ, ਉਹ ਕਹਿੰਦਾ ਮੇਰੇ ਯਾਰ ਮੋੜ ਦਿਉ, ਬਾਅਦ 'ਚ ਇਹੋ ਜਿਹੇ ਗੀਤ ਗਾਉਂਦੇ ਨੇ ਫਿਰ ਮੁੜ ਕੇ। ਮੈਂ ਤਾਂ ਕਹਿੰਦਾ ਨਹੀਂ, ਮੈਂ ਤਾਂ ਕਹਿੰਦਾ ਲੈ ਜਾਓ ਜਿਹੜੇ ਹੈਗੇ ਨੇ, ਲੈ ਜਾਓ ਮੇਰੇ ਨਾਲ ਦੇ, ਤਾਂ ਮੇਰੇ ਸਾਲੇ ਸਾਰੇ ਖਾਣ, ਸਾਰੇ ਚੇਪੀਆਂ ਤੇ ਹੋਏ ਪੈਣ ਯਾਰ ਦੋਸਤ, ਤਾਂ ਮੈਂ ਤਾਂ ਕਹਿੰਦਾ ਮੈਨੂੰ ਮੇਰੇ ਯਾਰ ਲੈ ਜਾਓ। ਆ ਜਾ ਆਪਾਂ ਚੱਲਦੇ ਆ, ਘਰੇ ਚੱਲਦੇ ਆ। ਘਰੇ ਕੀ ਭਾਈ ਨਹੀਂ, ਕੀ ਕੀ ਘਰੇ ਕੀ ਆ, ਮੈਂ ਨਹੀਂ ਜਾਂਦਾ ਬਾਈ। ਚੱਲ ਬਾਹਰੇ ਬਾਹਰ ਚੱਲਦੇ ਕਿਤੇ, ਬਾਹਰੇ ਮੈਂ ਤਾਂ ਟਰੱਕ ਤੇ ਹੀ ਜਾਂਦਾ, ਪੇਗੜੀ ਛੇਗੜੀ ਲਾ ਲਾਂਗੇ। ਟਰੱਕ ਤੇ ਇੰਨੇ ਦਿਨਾਂ ਬਾਅਦ ਆਇਆ, ਹੁਣ ਫਿਰ ਜਾਵੇਗਾ। ਕਿਵੇਂ ਕਿਵੇਂ? ਮਹਾਂ ਪੇਗੜੀ ਛੇਗੜੀ ਲਾ ਲਾਂਗੇ, ਕੋਈ ਆਂਡਾ ਤਰੀ ਖਾ ਲਾਂਗੇ। ਚੱਲ ਫਿਰ ਤੂੰ ਬਾਲਾ ਕਹਿੰਦਾ ਬਗ ਚਾਹੁੰਦੇ ਯਾਰੀ ਦੋਸਤੀ 'ਚ, ਲੜਾਈ ਵੀ ਹੋਊ, ਸਾਰਾ ਕੁਛ ਹੁੰਦਾ, ਪਿਆਰ ਵੀ ਹੋਊ। ਹਾਂ ਠੀਕ ਹੈ, ਮਜੀਠੀ ਦੇ ਕਹਾਣਾ ਕਹਿੰਦਾ ਜਿੱਥੇ ਲੜਾਈ ਹੋਊ ਉਹਦਾ 'ਚ ਯਾਰੀ ਹੋਊ, ਉੱਥੇ ਪਿਆਰ ਹੋ, ਉੱਥੇ ਲੜਾਈ ਹੋਊਗੀ। ਹਾਂ ਗੱਲ ਸਹੀ ਹੈ ਤੇਰੀ, ਮੈਂ ਤੈਨੂੰ ਤਾਂ ਹੀ ਕਹਿਣਾ ਗਾ, ਉਹ ਕਾਲੇ ਵਾਲੇ ਹੱਥ ਦੇ ਚੱਲ ਦਿਆਂਗੇ। ਆਂਡਾ ਤੇਰੀ ਬਹੁਤ ਸਵਾਦ ਬਣਦਾ, ਲੈ ਜਾ ਹੁਣ, ਕਿਹੜਾ ਮਾੜੇ ਥਾਂ ਮਿਲ ਜਾਏਗਾ। ਹੋਰ ਆਉਣਾ।
ਇਹੀ ਨਹੀਂ ਕੰਮ ਨਿਬੜਦੇ ਹੈਗੇ। ਰੌਣਕਾਂ ਲੱਗ ਗਿਆ, ਰੌਣਕਾਂ ਲੱਗ ਗਿਆ ਕਿ ਪੈਰ ਜੁੱਤੀ ਨਾ ਪਾਵਾਂ ਸੱਦੀ ਹੋਈ ਮਾਮੀ ਦਾ। ਕਿਉਂ ਮਾਮੀ? ਸਾਰਾ ਦਿਨ ਮਾਮੀ ਨਾਲ ਮਕਸਰੀਆਂ ਕਰਿਆ ਕਰ। ਹੈਂ? ਹੋਰ ਹੋਰ ਮਾਮੀ? ਮਾਮੀ ਤਾਂ ਠੀਕ ਹੈ, ਤੂੰ ਦੱਸ ਆ ਗਈ ਫਿਰ? ਹੈਂ ਆਏਗੀ ਜਦੋਂ ਤੇਰੇ ਸਾਹਮਣੇ ਤਾਂ ਚਲੋ। ਵਧੀਆ ਗੱਲ ਹੈ, ਵਧੀਆ ਗੱਲ ਹੈ, ਵਧੀਆ ਗੱਲ ਹੈ, ਰੌਣਕਾਂ ਲੱਗ ਗਿਆ, ਰੌਣਕਾਂ। ਹਾਂ ਹੋਰ ਮਾਮੀ ਵੀਰ? ਹੋਰ ਮਾਮੀ ਫਿਰ? ਮਾਮੀ ਕੀ ਕਰ ਰਹੀ ਹੈ? ਜਦੋਂ ਦੇਖ ਲਈ ਸਮਝ ਲੈ ਉਹਦੀ ਆ ਗਈ। ਅੱਛਾ, ਹਾਂ ਕਿਵੇਂ ਕਿਵੇਂ ਨਿਬੜੀ? ਨਿਬੜਨਾ ਕੀ ਹੈ, ਮੀਆਂ ਬੀਵੀ ਦੀ ਦੱਸ ਕੀ ਲੜਾਈ ਹੁੰਦੀ ਹੈ। ਬਸ ਕਹਿਤਾ ਨੇ ਕਹਿੰਦਾ ਮੈਂ ਪੈਰੀ ਹੱਥ ਲਾ ਦਿੰਦਾ, ਮੈਥੋਂ ਗਲਤੀ ਹੋ ਗਈ, ਅੱਗੇ ਤੋਂ ਮੈਂ ਕੋਈ ਗਲਤੀ ਕਰਦਾ ਨਹੀਂ, ਫਿਰ ਮੈਨੂੰ ਆਉਣਾ ਪਿਆ। ਮਾਮੀ ਕਮੀ ਰਹਿ ਗਈ, ਕਮੀ ਤੈਨੂੰ ਲੱਗ ਗਿਆ ਵੀ ਆ ਬੰਦਾ ਸੁਧਰ ਜਾਏਗਾ, ਸਾਰੀ ਜ਼ਿੰਦਗੀ ਸੁਧਰ ਜਾਏਗਾ। ਦੱਸ ਕੇ ਚੰਗੀ ਤਰ੍ਹਾਂ ਬੱਟ ਕੱਢਣੇ ਤੇ ਬੱਟ ਵੀ ਮੈਨੂੰ ਐਂ ਦੱਸ ਬੱਟ ਕਿਹਦੇ ਕੱਢਦੀ? ਹੈਂ ਆਪਦਾ ਘਰ ਬਾਰ ਹੈ ਕਿਹੜਾ ਕਿਸੇ ਦਾ, ਜੇ ਹੁਣ ਉੱਥੇ ਬੈਠੀ ਰਹਿੰਦੀ ਸਾਰਾ ਘਰ ਬਾਰ ਖਰਾਬ ਹੋ ਜਾਂਦਾ। ਘਰ ਬਾਰ ਫਿਰ ਕੀ? ਘਰ ਬਾਰ ਉਹਦੇ ਪੂਰੀ ਤਾਂ ਸਫਾਈਆਂ ਚੱਲਦੇ ਨੇ, ਪੂਰੇ ਮਨ ਪੋਖ ਕੇ ਚੱਲਦਾ। ਸਫਾਈਆਂ ਤਾਂ ਫਿਰ ਹੁਣ ਕਰਨੀ ਪੈਂਦੀਆਂ ਨੇ, ਹੁਣ ਦੇਖ ਲੈ ਤੇਰੇ ਸਾਹਮਣੇ ਪੋਚਾ ਲਾ ਕੇ ਹਟੀਆਂ, ਅੰਦਰੋਂ ਲਾ ਲਈ ਤੇ ਹਲੇ ਇੱਧਰੋਂ ਰਹਿੰਦਾ ਹੈਗਾ। ਤੇਰੇ ਤਾਂ ਪਹਿਲਾਂ ਕਿਹੜਾ ਕਿਤੇ ਖੁੰਜਾ, ਮੈਂ ਤੈਨੂੰ ਕੂੜਾ ਦੇਖਿਆ ਤਾ। ਦੱਸ ਦੇਖਿਆ ਤਾ ਜੇ, ਕਰ ਗੱਲ ਕਰ। ਕੀ ਗੋਲ ਮੋਲ ਜੀਆਂ ਗੱਲਾਂ ਕਰੀ? ਗੋਲ ਮੋਲ ਜੀ ਨਹੀਂ, ਤੈਨੂੰ ਦੱਸ ਵੀ ਤੈਨੂੰ ਕਿਸੇ ਦੇਲੀ ਮੈਂ ਕਿਸੇ ਪੂਰਾ ਖੁੰਜਾ ਮੈਂ ਕਿਤੇ ਕੂੜਾ ਦੇਖਿਆ? ਕੂੜਾ ਨਾ ਨਾ ਲੈ ਫਿਰ ਐਂ ਤੀ ਕੰਚ ਵਰਗਾ ਘਰ ਕੱਢ ਰੱਖਿਆ ਤੇ ਚੌਲ ਚੁੱਕ ਚੁੱਕ ਕੇ ਖਾ ਲੈ। ਫਿਰ ਵੀ ਹੁਣ ਤਾਂ ਵਧੀਆ ਸਾਫ਼ ਸਫਾਈ ਹੋ ਗਈ, ਜੇ ਕਿਤੇ ਨਾ ਸਾਫ਼ ਸਫਾਈ ਕਰੀ ਹੁੰਦੀ ਫਿਰ ਮੈਨੂੰ ਕਰਨੀ ਪੈਂਦੀ, ਐਂ ਨਹੀਂ ਪਤਾ 2 ਮਹੀਨੇ ਹੀ ਲੰਘ ਜਾਂਦੇ ਮੇਰੇ ਤਾਂ। ਕਿੰਨੇ ਕਰੀਏ ਸਾਫ਼ ਸਫਾਈ ਵਧੀਆ, ਤੈਨੂੰ ਤੇਰੇ ਮਾਮੇ ਨੇ ਹੋਰ ਕੌਣ ਕਰੂ? ਫਿਰ ਤਾਂ ਬਹੁਤ ਹੀ ਹੈ ਬੱਚੇ। ਠੀਕ ਹੈ ਫਿਰ ਮੈਂ ਜਾਊਂ ਫਿਰ ਜੇ ਤਾਂ ਆਹ ਗੱਲਾਂ ਕਹੇ। ਮੇਰੀ ਗੱਲ ਸੁਣ, ਬੈਠ ਬੈਠ, ਫਿਰ ਮੈਨੂੰ ਪਤਾ ਤੂੰ ਗੱਲ ਦੱਸ ਕੀ ਕਹਿੰਦਾ। ਗੱਲ ਤੂੰ ਕੀ ਹੈ ਵੀ ਗੱਲ ਕਰੀ ਹੋਈ ਅੱਗੇ ਵਗ ਜਾਏ, ਅੱਗੇ ਵਗ ਜਾਏ ਮਾਮੀ, ਆਪਾਂ ਤਾਂ ਚੱਲ ਹੈ ਨਾ ਕਿਸੇ ਕਹਿੰਦੇ ਕਲੇਸ਼ ਨਹੀਂ ਚਾਹੁੰਦੇ ਵੀ ਹੈ ਨਾ, ਕੱਲ੍ਹ ਤੇਰਾ ਫਰਕ ਆ ਜਾਏ। ਮੇਰੀ ਗੱਲ ਸੁਣ, ਅੱਜ ਤੱਕ ਤੈਂ ਜਿਹੜੀ ਗੱਲ ਮੈਨੂੰ ਦੱਸੀ ਹੈ ਕਦੇ ਮੈਂ ਕਿਸੇ ਲਈ ਗੱਲ ਕਰੀ ਹੈ? ਨਾ ਦੱਸੀ ਤਾਂ ਨਹੀਂ ਮਾਮੀ, ਅੱਜ ਪਤਾ ਕਿ ਪੈਸੇ ਨਹੀਂ ਹੈਗੇ ਅੱਜ ਤੋਂ, ਹਲੇ ਮਨ ਨਹੀਂ ਬਸ ਪੈਸੇ। ਮੇਰੀ ਗੱਲ ਸੁਣ, ਤੈਂ ਕੀ ਕਰਾਉਣਾ ਪੈਸਾ, ਤੂੰ ਐਂ ਦੱਸ ਪੈਸੇ 170 ਰੁਪਏ ਬੋਤਲ ਲੈਣੀ ਆ। ਚੱਲ ਮੈਂ ਬੋਤਲ ਨੂੰ ਪੈਸੇ ਦੇ ਦੂੰ, ਤੇਰੇ ਮਾਮੇ ਵਾਲੀ ਪਈ ਹੋਣੀ ਕਿਤੇ ਖੱਲ ਖੁੰਝੇ 'ਚ, ਬੋਤਲ ਤਾਂ ਤੈਨੂੰ ਐਂ ਇਕੱਠੀ ਕਰਕੇ ਦੇ ਦੂੰ ਮੈਂ, ਵਧੀਆ ਪਊਆ ਕਿਸੇ 'ਚ ਥੋੜ੍ਹੀ ਜਿਹੀ, ਕਿਸੇ 'ਚ ਥੋੜ੍ਹੀ ਜਿਹੀ ਪਈ ਹੁੰਦੀ। ਕਿੰਨੀ ਕੁ ਬਣ ਜਾਏਗੀ ਸਾਰੀ, ਪੌਣੀ ਕੁ ਬੋਤਲ ਜਾਂ ਕਿੰਨੀ ਕੁ? ਪਹਿਲਾਂ ਮੈਨੂੰ ਗੱਲ ਦੱਸ, ਜੇ ਜਿੰਨਾ ਗੱਲ 'ਚ ਦਮ ਹੋਊਗਾ ਸਮਝ ਲਓ ਉਨੀ ਉਹ ਬਣਗੀ। ਪੱਕੀ ਗੱਲ ਹੈ? ਹਾਂ ਫਿਰ ਤਾਂ ਤੈਨੂੰ ਡੱਬੇ ਦੀ ਤਿਆਰੀ ਕਰ ਲਈ। ਚੱਲ ਡੱਬੇ ਦੀ ਕਰ ਲੈ, ਫਿਰ ਤੂੰ 1600-1700 ਰੁਪਏ ਲੈ ਲੈ। ਪਤਾ ਕੀ ਜਦੋਂ ਪਿਆਰੋ ਆ ਬੇਟੀ, ਪਿਆਰੋ ਨੇ ਸਾਰਾ ਕੰਮ ਸਾਂਭਿਆ, 2 ਕਿਲੋ ਦੁੱਧ ਪਾ ਦਿੱਤਾ ਮਾਮੀ ਨੂੰ, ਉਹਨੂੰ 2 ਕਿਲੋ ਦੁੱਧ, 2 ਕਿਲੋ ਮੈਂ ਮਰ ਜਾਏ ਤਾਂ ਬਹਿ ਜੇ ਬੇੜਾ ਨਾ ਪੁੱਤੇ ਦਾ, ਤੋਪ ਜੀ ਦਾ ਪਾਈ ਜੇ ਦਾ ਪੜਾਕਾ ਕੰਜਰ ਦਾ, 100 ਰੁਪਏ ਕਿਲੋ ਦੁੱਧ ਹੈ, ਘਰ ਦਾ ਐਨ ਵਧੀਆ ਦੁੱਧ ਹੋਵੇ ਜੇ, ਹਾਏ ਹਾਏ ਮੈਂ ਮਰ ਜਾ। ਮੈਂ ਵੀ ਸੋਚਾਂ ਮਖਾ ਇੰਨੀ ਸਾਫ਼ ਸਫਾਈ ਕਿਉਂ, ਕੀ ਨਾ ਲਿਆ ਤੇ ਦੁਬਾਰੇ ਪਿਆਰੂ? ਉਹ ਵੀ ਤੈਨੂੰ ਗੱਲ ਦੱਸੂ, ਰਸੋਈ ਮੈਂ ਲੈ ਕੇ ਨਹੀਂ ਆਇਆ, ਰਸੋਈ ਜੜੇ ਚੋਲੀ ਮੈਸ ਉੱਠੀ ਤੇ ਪਾ ਦਿੱਤੀ, ਉੱਠੀ ਤੇ ਤਾਂ ਹੀ ਉਹ ਇੱਕ ਮੈਸ ਮਿਲਦੀ ਨਹੀਂ ਹੈਗੀ, ਨਜ਼ਰ ਲੱਗੀ ਹੋਣੀ ਨੇ ਪੁੱਤੀ ਦੀ ਕਾਲੇ ਮੂੰਹ ਵਾਲੀ ਦੀ। ਪਿਆਰੂ ਤਾਂ ਮੈਂ ਪੱਟੂ ਝਾਟ ਕੀ, ਵੀ ਉਹ ਤਾਂ ਆਪਣੇ ਪਿੰਡ 'ਚੋਂ ਹੀ ਮੰਨੀ ਪਰਮੰਨੀ ਹੈ ਕੰਮਾਂ ਨੂੰ, ਤੂੰ ਤੈਨੂੰ ਪਤੀ ਆ ਹੁਣ ਮੈਂ ਤੈਨੂੰ ਕੀ ਦੱਸਾਂ, ਆਲੇ ਦੁਆਲੇ ਪਿੰਡਾਂ 'ਚ ਵੀ ਚਰਚੇ ਨੇ ਇਹਦੇ ਤਾਂ। ਬਾਕੀ ਮਾਮੀ ਫਰੌਂਟੇ ਉਰੇ ਲਾ ਗਏ 3 ਖੁੰਜਿਆ ਆਪੇ, ਡੱਬਾ ਲੈ ਜਾਦੀ ਵਰਕ ਹੈ ਨਾ, ਲੈ ਜਾਣੀ ਤੀ ਬਾਈ, ਡੱਬਾ ਲੈ ਜਾਦੀ ਤੇ ਹੋਰ ਕੀ, 4 ਥੈਲੇ ਕਣਕ ਵੀ ਗਿਰੇ ਆ ਬਸ। ਚੱਲ ਅੱਗੇ ਨਾ ਤਾਂ ਹੁਣ ਗੱਲ ਕਰੀ ਦੇਖ, ਹੈ ਨਾ ਕਿਤੇ ਮੇਰਾ ਫਰਕ ਪਵਾ ਦੇ ਮਾਮੀ, ਹੈ ਨਾ ਮੇਰਾ ਤਾਂ ਲਿਹਾਜ਼ ਬਹੁਤ ਹੈ, ਹੁਣ ਜਾਣਾ ਆਉਣਾ ਪੜੇ। ਚੱਲ ਕੋਈ ਨਾ, ਅੱਜ ਤਾਂ ਫੂਕ ਗਾਲ ਲੈਂਦਾ ਪਾਠ ਜੁਗ ਟੂਪ, ਫੂਕ ਤੋਂ ਵੈਸੇ ਵੀ ਪੜੇ ਗਈ, ਫੂਕ ਤੋਂ ਜਿਹੜੇ ਬੰਦੇ ਮੈਂ ਪੜਨੀ ਉਸੇ ਮੈਂ ਪੜੇਗੀ। ਹੈ ਬੈ ਕਰੀ ਤਾਂ ਵੀ ਲੈ ਹੁਣ ਫਿਰ ਦਸ ਘੱਟ ਕਰਦੇ, ਦਾਰੂ ਘੱਟ ਕਰ। ਅੱਥਣੀ ਆ ਜੀ, ਮੈਂ ਤੇਰੇ ਵਾਸਤੇ ਰੱਖੂੰਗੀ ਬੋਤਲ ਕੱਢ ਕੇ, ਨਹੀਂ ਮੈਂ ਤੈਨੂੰ 200 ਰੁਪਏ ਦੇ ਦੂੰ ਪੜਿਆ, ਗੱਲ ਮੁੱਕੀ। ਬਚਣਾ ਪੈਣਾ ਜੀ ਮਾਮੀ, ਬਚਣਾ ਪੈਣਾ, ਨਾ 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 ਬਚਣਾ ਪਵਾ ਲਗੀ ਆ ਲਗੀ ਬਚਣਾ ਪੁੱਛ, ਜਾਨ ਤੋਂ ਹੁਣ ਲਈ ਸਰੀਰ ਪਰ ਜਾਨ ਤੋਂ ਹੁਣ ਲਈ।
ਹੁਣ ਪੀ ਕੇ ਕਿੱਥੇ ਮਰੇਗਾ ਇਹ ਤਾਂ ਦੱਸ ਦੇ ਤਮੀਰ ਬਣ ਜਾਏਗਾ ਇਹ ਐ ਕਰ ਹੋ ਪਈਆ ਬਰਾਂਡੇ ਚ ਉੱਥੇ ਜਾ ਕੇ ਦੇਖ ਤੇਰੇ ਮਾਮੇ ਦੇ ਪਿਆਉਣਾ ਦੀ ਪੀ ਜਾ ਕੇ ਤੁਰੇ ਤੂੰ ਜਾਂਦਾ ਲਈ ਬਿਮਾਰੀ ਪੈਣਾ ਦੇਖ ਲਾ ਐ ਤੁਰਦਾ ਜਿਵੇਂ ਪਾਥੀਆਂ ਦੇ ਪੂੰਡ ਤੁਰਦਾ ਹੁੰਦਾ ਮੈਂ ਮਰ ਜਾ ਆ ਪਿਆਰੋ ਹੋਰ ਪੇਪਰ ਲਾ ਲਈ ਪਹਿਲਾਂ ਤਾਂ ਮੈਨੂੰ ਆਏ ਤੀ ਕੱਲੀ ਮੇਲੇ ਦੀ ਬਹੂ ਹੈ ਨੂੰ ਪੁੱਤਾ ਪਤਾ ਨਹੀਂ ਐਡਾ ਕੱਢ ਹੀ ਕਿੱਥੋਂ ਬਣ ਗਿਆ ਹੈ ਐਡਾ ਤੇਜ਼ ਦਿਮਾਗ ਦਾ ਬੰਦਾ ਨਵੀਂ ਤੋਂ ਨਵੀਂ ਤੀਵੀਂ ਲਿਆਉਂਦਾ ਭਾਲ ਕੇ ਤੀਵੀਆਂ ਵੀ ਨੇ ਪੁੱਤੀ ਇਹਦੇ ਮਗਰ ਲੱਗਦੀਆਂ ਨੇ ਇਹਦੇ ਦੱਸ ਕਿਹੋ ਜਿਹੇ ਫੁੱਲ ਲੱਗੇ ਨੇ ਹਾਏ ਹਾਏ ਆ ਮੇਲੇ ਨਾਲ ਤਾਂ ਘਰੇ ਲੜ ਕੇ ਵੀ ਆ ਜਾਂਦੀ ਤੀ ਤਾਂ ਵੀ ਤੇ ਉਹ ਗੁੱਸਾ ਕਰਦੀ ਚੱਲ ਅਗਲੀ ਦੀ ਗਲਤੀ ਹੁੰਦੀ ਤੇ ਚੁੱਪ ਕਰ ਜਾਂਦੀ ਆ ਪਿਆਰੋ ਆ ਹੋਰ ਅੱਕ ਲਾ ਲਈ ਕੱਡੀ ਵੱਡੀ ਨੇ ਪੁੱਤੀ ਦਾ ਕੋਈ ਥਾਂ ਨਹੀਂ ਕੋਈ ਟਿਕਾਣਾ ਨਹੀਂ ਹੈਗਾ ਹੁਣ ਦੱਸ ਮੈਂ ਕੀ ਕਰਾਂ ਚੱਲ ਕੋਈ ਨਾ ਇਹਦਾ ਨਾਂ ਨਹੀਂ ਲੈਂਦੀ ਹੈਗੀ ਵੀ ਮੈਨੂੰ ਉਹਨੇ ਦੱਸਿਆ ਆਉਣ ਦੇ ਕਰੇ ਗੋਲ ਮੋਲ ਜੀ ਗੱਲ ਕਰਕੇ ਨਾ ਗੱਲ ਤਾਂ ਉਹਦੇ ਮੂੰਹ ਹੀ ਕਢਾਉਂਗੀ ਵੀ ਪੋਚੇ ਸੋਚੇ ਜੇ ਕੌਣ ਲਾਉਂਦਾ ਤੀ ਵੇ ਕੋਈ ਲਾ ਲੈ ਕੰਮ ਵਾਲੀ ਮੈਥੋਂ ਤਾਂ ਹੁਣ ਕੰਮ ਨਹੀਂ ਬਣਦਾ ਫਿਰ ਆਪੇ ਫੁੱਟੂ ਫਿਰ ਦਊਂ ਧਨੇਸੜੀ ਜੇ ਮੇਰੇ ਪਿਓ ਦੇ ਸਾਲੇ ਦੇ ਨਾਂ ਹਲਕ 'ਚ ਗੋਡਾ ਦਿੱਤਾ ਇਹਦੇ ਇਹ ਵੀ ਕੀ ਲੋਟ ਆਊਗਾ ਊਂ ਨਹੀਂ ਆਉਂਦਾ ਲੋਟ ਪੁੱਤੇ ਨੇ ਸ਼ਰਮ ਲਾਰ ਕੇ ਨਿੱਤ ਨਵੀਂ ਤੀਵੀਂ ਭਾਲਦਾ ਨਿੱਤ ਨਵੀਂ ਤੀਵੀਂ ਭਾਲਦਾ ਪਤਾ ਨਹੀਂ ਇਹੋ ਜਿਹਾ ਗੁਰੂ ਕਿਹੜਾ ਤੀ ਜਿਹੜਾ ਚੇਲਾ ਗਾਹਾਂ ਇਹੋ ਜਿਹਾ ਨਿਕਲ ਗਿਆ ਹਾਂ ਤਾਂ ਵਧੀਆ ਬਰਕਾਇਣਾ ਬਰਕੂਣਾ ਲਾ ਰੱਖਿਆ ਨੇ ਦੇਖ ਲਾ ਆਉਂਦੀਆਂ ਨਾ ਸ਼ੋਂ ਜਮਾਂ ਕਿਹੜਾ ਏਸੀ ਦੀ ਰੀਸ ਕਰੂਗਾ ਲੋਕ ਊਂ ਏਸੀ 'ਚ ਘੁਸੜੇ ਰਹਿੰਦੇ ਨੇ ਲਾ ਕੇ ਉੱਥੇ ਏਸੀ ਕੁਦਰਤੀ ਹਵਾ ਦਾ ਤਾਂ ਨਜ਼ਾਰਾ ਨਹੀਂ ਭੋਲਿਆ ਕੁਦਰਤੀ ਹਵਾ ਦਾ ਹਵਾ ਨਾਲ ਤਾਂ ਹਵਾ ਤਾਂ ਲੱਗਦੀ ਆ ਸਾਰਾ ਕੁਝ ਠੀਕ ਹੈਗਾ ਉੱਥੇ ਮੇਰੇ ਸਾਲੇ ਬਾੜ ਡਾ ਕੇ ਏਸੀ ਲੈਣਗੇ ਉੱਥੇ ਪਦ ਮਰੀ ਜਾਣਗੇ ਉੱਥੇ ਮੁਸਕ ਸੁੱਕੀ ਜਾਣਗੇ ਬਸ ਬੇਸੁੱਕ ਗਿਆ ਬੇਸੁੱਕ ਵਾਲੀ ਗੱਲ ਆ ਗਈ ਉਹੀ ਗੈਸ ਦੁਬਾਰੇ ਅੰਦਰ ਲੰਘਾ ਜਾਣਗੇ ਸਾਰਾ ਹੀ ਉਹਦੇ ਅਗਲਾ ਖੁੱਲੀ ਹਵਾ ਜੇ ਮਰਜ਼ੀ ਮਾਰਾ ਇੱਧਰ ਆਪੀ ਲੰਘ ਜੂਗਾ ਕੁਦਰਤੀ ਹਵਾ ਹੋਵੇ ਮੇਲੇ ਦੀ ਬਹੂ ਹੋਵੇ ਹਨਾ ਵਧੀਆ ਨਜ਼ਾਰਾ ਆਉਂਦਾ ਫੇਰ ਐ ਮਨ ਕੇ ਹਵਾ ਚ ਮਸਾ ਤਾਂ ਨਿਬੜਿਆ ਗਾ ਗੱਲ ਬਾਤ ਨਾਲੇ ਕੁਛ ਹੈ ਵੀ ਨਹੀਂ ਦੀ ਮੈਂ ਤਾਂ ਉਹੀ ਬਦਨਾਮੀ ਪੱਲੇ ਪੈ ਗਈ ਜਿੱਥੇ ਲੱਗ ਜਾਣ ਕਾਨੂੰ ਨਿਬੜਦੀਆਂ ਨੇ ਨਹੀਂ ਮੈਨੂੰ ਪਤਾ ਹੀ ਐ ਉਹ ਉਹੀ ਬਦਨਾਮੀ ਪੱਲੇ ਪੈ ਗਈ ਕੋਈ ਇਹੋ ਜਿਹਾ ਗੱਲ ਹੀ ਨਹੀਂ ਦੀਗੀ ਆ ਮੁੰਡਾ ਉਹਨਾਂ ਦਾ ਨਹੀਂ ਹੈਗਾ ਕੀ ਦਾ ਪਹਿਲਾਂ ਇਹ ਦਾ ਨਜ਼ਰ ਸਤਿ ਸ਼੍ਰੀ ਅਕਾਲ ਬਹਿ ਜਾ ਕਿੱਧਰ ਫਿਰਦਾ ਓਏ ਉਹ ਚਾਚੀ ਯਾਦ ਕਰਦੀ ਤੂੰ ਤਾਂ ਫੋਨ ਨਹੀਂ ਚੱਕਦਾ ਉਹਦਾ ਇੱਧਰ ਮਾਸੜ ਵੀ ਬੈਠਾ ਜਗਾਦਰੀ ਵਾਲਾ ਇਹਨੂੰ ਵੀ ਬੁਲਾ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਲੋਟ ਹੈ ਉਹੀ ਮੇਲੇ ਕੇ ਵਾਲੀ ਠੀਕ ਹੈ ਅੱਛਾ ਉਰੇ ਹੋ ਮੜਾ ਲਵੇ ਹੋ ਗੱਲ ਕਰਨੀ ਆ ਮੈਂ ਵੀ ਹਾਂ ਕੀ ਕਹਿੰਦੀ ਸੀਗੀ ਦੇਖ ਹਜੇ ਕਹਿੰਦਾ ਮੇਰਾ ਸਾਲਾ ਨਿਬੜਿਆ ਨਮੇੜਾ ਹਜੇ ਮੈਂ ਕਹਿੰਦਾ ਸੁਰੀ ਹੁਣ ਹੋਇਆ ਹਾਂ ਕੀ ਕਹਿੰਦੀ ਤੀ ਪੁੱਤ ਉਹ ਤਾਂ ਇਹ ਕਹਿੰਦੀ ਮੈਂ ਫੋਨ ਕਰਿਆ ਜਿਹਨੂੰ ਇਹਨੇ ਚੱਕੀ ਨੀਗਾ ਫੋਨ ਇਹ ਫੋਨ ਕੰਮ ਹੋਊਗਾ ਕੋਈ ਉਹਨੂੰ ਐਂ ਸੁਨੇਹਾ ਲਾ ਦੇ ਕਹਿੰਦੇ ਉਹਦੇ ਘਰ ਵਾਲੀ ਆ ਗਈ ਭਾਈ ਦੁਬਾਰੇ ਤੂੰ ਫੋਨ ਹੱਥ ਤੜਕੇ ਮਾੜਾ ਵੇਲੇ ਕੇ ਵੇਲੇ ਕਰਿਆ ਕਰ ਕਾਨੂੰ ਕਰਿਆ ਕਰ ਮਿਸ ਕਾਲ ਮਾਰ ਕੇ ਛੱਡ ਦੇ ਕਰੇ ਬੁਲਾਉਂਦੀ ਓਏ ਕਰੇ ਬੁਲਾਉਂਦੀ ਚਾਚਾ ਕੰਮ ਹੋਊਗਾ ਕੋਈ ਆਪਾਂ ਜਾਂਦੀ ਨਹੀਂ ਆਪਾਂ ਜਾਣੀ ਨਹੀਂ ਹੈਗਾ ਜਾਣਾ ਕਿਉਂ ਨਹੀਂ ਜਾਣਾ ਮੈਂ ਚੱਲਾਂ ਪੁੱਤ ਨਾਲ ਦੇ ਚੱਲਾਂਗੇ ਸੁਨੇਹਾ ਲਾ ਦਿਆ ਕਹਿੰਦੀ ਵੀ ਕਹਿ ਕੇ ਆਈ ਉਹਨੂੰ ਵੀ ਜ਼ਰੂਰ ਆ ਜੀ ਨਾ ਚੱਲਾਂਗੇ ਲੈ ਚੱਲ ਕੋਈ ਨਾ ਐ ਕਰ ਤੂੰ ਚੱਲ ਅਸੀਂ ਮੜਾ ਕਰਦੇ ਆ ਗੱਲ ਅੱਛਾ ਆਹੀ ਸੁਨੇਹਾ ਹੋਰ ਤਾਂ ਨਹੀਂ ਕੁਝ ਕਿਹਾ ਆਹੀ ਸੁਨੇਹਾ ਚਾਚਾ ਬਸ ਠੀਕ ਆ ਐਂ ਕਰ ਦੇ ਘਰ ਵਾਲੀ ਨੂੰ ਕਹਿ ਜਾ ਮੜਾ ਜਾ ਉਹ ਕਾਣੂ ਵੀ ਪਕਾਈ ਮਰੀ ਜਾਂਦਾ ਬੌਲਾ ਕੰਜਰ ਦਾ ਬੌਲ ਮਾਰਦਾ ਇਹ ਕਹਿ ਜਾ ਕਹਿ ਜਾ ਮਗਰ ਨਾ ਲੱਗ ਜੀ ਹੋਰ ਲੋੜ ਪਿਆ ਹੋਇਆ ਮੇਰੇ ਦਿਮਾਗ ਤੇ ਚੱਲ ਠੀਕ ਆ ਚਾਹ ਪਾਣੀ ਪੀ ਜਾਂਦਾ ਬਸ ਚਾਚਾ ਓਕੇ ਆ ਜਮਾ ਠੀਕ ਆ ਨਾ ਲਾਈ ਜਾਣਦੇ ਸਨੇ ਆਪਾਂ ਕਿਹੜਾ ਜਾਣਾ ਹੈਗਾ ਪਿਓ ਨਾਲ ਸਪੀਲ ਵਾਲਾ ਪਾਣੀ ਆ ਚੱਲ ਆ ਚੱਲੀ ਓਏ ਪਕੜਾ ਜਾਣਾ ਆ ਜਾ ਮੈਂ ਲੈ ਜਾਣਾ ਤੈਨੂੰ ਜਾਣਾ ਕਿਉਂ ਨਹੀਂ ਮੇਰੇ ਸਾਲਾ ਬੀੜੀ ਬੈਠੀ ਜਿਹੜਾ ਕੁੱਤੇ ਹੜਦਾ ਤੂੰ ਹਜੇ ਵੀ ਨਹੀਂ ਮੈਂ ਉੱਥੇ ਤੇਰੀਆਂ ਸੌਹਾਂ ਖਾਈ ਜਾਂਦਾ ਹੈ ਤੇਰੇ ਸਾਲੇ ਨਾਲ ਮੇਰਾ ਬੈਰ ਪੈ ਗਿਆ ਤੇਰੇ ਪਿੱਛੇ ਕੁੱਤਿਆ ਹਜੇ ਉਹ ਫੇਰ ਬੁਲਾਉਂਦੀ ਐ ਉਹ ਬੋਲਣ ਲੱਗਾ ਯਾਰ ਮੈਨੂੰ ਹਜੇ ਉਹ ਫੇਰ ਬੁਲਾਉਂਦੀ ਐ ਫਿਰ ਉਹ ਬੁਲਾਉਂਦੀ ਐ ਮੈਂ ਤਾਂ ਨਹੀਂ ਗਿਆ ਯਾਰ ਜਾਏਗਾ ਪੈਰ ਜੁੱਤੀ ਨਾ ਪਾਵਾਂ ਸੱਦੀ ਹੋਈ ਮਿੱਤਰਾਂ ਦੀ ਚੱਲ ਚੱਲੀਏ ਜੁੱਤੀ ਪਾ ਲੈ ਚੱਲ ਫਿਰ ਆ ਜਾ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਆ ਜਾ ਤੇਰਾ ਕਾਹਨੂੰ ਨਹੀਂ ਕਰਦਾ ਜੀ ਮੇਰੇ ਨਾਲ ਜੀ ਨਹੀਂ ਕਰਦਾ ਇਕੱਲੇ ਦਾ ਕਰਦਾ ਜਾਣ ਨੂੰ ਨਾ ਮੇਰਾ ਚੱਲੀ ਹੋਰ ਬੂਥੜਾ ਦੇਖ ਲੈ ਕਿਵੇਂ ਮੁਸਕਣੀ ਹੱਸੀ ਹੱਸ ਆ ਜਾ ਨਾ ਮੈਂ ਦਊਂਗਾ ਨਾ ਚੱਲ ਮੇਰੀ ਗੱਲ ਸੁਣਾ
ਵਾਧੂ ਘੱਟ ਨਾ ਬੋਲੀ ਜੀ ਭਗਾਈ ਮਰੀ ਜਾਵੇ ਤੁਰੇ ਨਸ਼ਾ ਨੀ ਕਰਦਾ ਯਾਰ ਕੋਈ ਹੋਰ ਕੋਈ ਸੌ ਗੱਲ ਆਉਂਦੀ ਹੈਗੀ ਹੁਣ ਬੁਲਾਇਆ ਕੋਈ ਕੰਮ ਆਪਾਂ ਕਿਹੜਾ ਗਲਤ ਆ ਉਰੇ ਵੇਲੇ ਤੂੰ ਮੇਰਾ ਸਾਲਾ ਕਿਉਂ ਗੇਅਰ ਚ ਬੰਦ ਹੋਈ ਜਾਂਦਾ ਗਾ ਮੇਲੇ ਨੇ ਤਾਂ ਮੇਲੋ ਮੇਲੇ ਲਾ ਕੇ ਸਤਿ ਸ੍ਰੀ ਅਕਾਲ ਜੀ ਬਸ ਬਸ ਸਤਿ ਸ੍ਰੀ ਅਕਾਲ ਗੱਲ ਤਾਂ ਕੋਈ ਨੀ ਬਸ ਮੈਂ ਤਾਂ ਉਹੀ ਬੁਲਾਇਆ ਸੀਗਾ ਉਹੀ ਕਿਉਂ ਉਹਦਾ ਕਹਿੰਦਾ ਸੁਨੇਹਾ ਲਾਇਆ ਤੈਂ ਉਹਨੇ ਕਿਹਾ ਮੈਨੂੰ ਕਹਿੰਦਾ ਜੀ ਉਹਨਾਂ ਨੇ ਸੁਨੇਹਾ ਲਾਇਆ ਖੜ ਜਾ ਮੈਂ ਕਰ ਰਿਹਾ ਗੱਲ ਮੈਂ ਕਰ ਰਿਹਾ ਗਾ ਕਰ ਲੈ ਯਾਰ ਕੰਮ ਹੁੰਦੀ ਕੋਈ ਕੰਮ ਤਾਂ ਬਈ ਮੈਂ ਬਸ ਐ ਪੁੱਛਣਾ ਸੀ ਵੀ ਉਹ ਸਰਪੰਚੀ ਜੀ ਨੇ ਵੋਟਾਂ ਕਹਿ ਰਹੇ ਸੀ ਉਹਦਾ ਗਾਹਾਂ ਕਰਤੀਆਂ ਉਹਦਾ ਹੋਰ ਹੋ ਗਈ ਗੱਲ ਭਗਤ ਮਾਨ ਨੂੰ ਹੋ ਗਿਆ ਥੋੜਾ ਜਿਹਾ ਕੰਮ ਵਗ ਗਿਆ ਬਾਰੇ ਉਹ ਸਾਹਮ ਲਾ ਲੈ ਉਹਦੇ ਕਰਕੇ ਗਾਹਾਂ ਕਰਤੀਆਂ ਵੋਟਾਂ ਹਾਂ ਇਹ ਨਾਲੀ ਦੀ ਜਦੋਂ ਗਾਹਾਂ ਕਰੀਆਂ ਉਦੋਂ ਨਾਲੀ ਦੀ ਹੋਰ ਮੈਂ ਗੱਡੀ ਮੋੜ ਲਿਆ ਇਹੋ ਜਿਹਾ ਹੱਥ ਵਗ ਗਿਆ ਗਾਹਾਂ ਉਹਦਾ ਥੋੜਾ ਜਿਹਾ ਅਗਲੇ ਮਹੀਨੇ 'ਚ ਕਰਤੀਆਂ ਇਲੈਕਸ਼ਨ ਹਲੇ ਵੀ ਇੱਕ ਮਹੀਨਾ ਟਪਾਉਣਗੇ ਹਲੇ ਵਿੱਚ ਰੌਲਾ ਚੱਲੀ ਜਾਂਦਾ ਵਿੱਚ ਕਹਿੰਦੇ ਵੀ ਬੀ ਵਾਲਾ ਚਾਹੀਦਾ ਹੈਗਾ ਸਾਰਾ ਸਿਸਟਮ ਜਿਹਾ ਘੁੰਮ ਰਿਹਾ ਹਲੇ ਪਤਾ ਨਹੀਂ ਲੱਗ ਰਿਹਾ ਗੇਮ ਨਾ ਜਿਹੜੀ ਗੱਲ ਕਰਨੀ ਹੈ ਤੁਸੀਂ ਉਹ ਕਰੋ ਬਸ ਮੈਂ ਤਾਂ ਇਹੀ ਗੱਲ ਕਰਨੀ ਆਹੀ ਨਹੀਂ ਗੱਲ ਗੋਲ ਮੋਲ ਜੀ ਨਾ ਕਰ ਮੈਨੂੰ ਤੇਰਾ ਮੂੰਹ ਦੱਸ ਰਿਹਾ ਮੈਂ ਤਾਂ ਅੱਖਾਂ ਬੰਦ ਕਰਨੀਆਂ ਨੇ ਵੀ ਕਰੋ ਗੱਲ ਹੋਰ ਕਿਹੜੀ ਗੱਲ ਕਰਨੀ ਯਾਰ ਖੜ ਜਾ ਤੂੰ ਹੀ ਮਰੀ ਜਾਣਾ ਨਾ ਰੂਪ ਹੋਰ ਤਾਂ ਬਾਈ ਕੋਈ ਗੱਲ ਨਹੀਂ ਹੈਗੀ ਬਸ ਮੈਂ ਚੱਲ ਕੋਈ ਨਾ ਫੇਰ ਆ ਜੂ ਫਿਰ ਮੈਂ ਜੇ ਕੋਈ ਫੇਰ ਕਿਉਂ ਹੁਣ ਫੇਰ ਕਿੱਥੇ ਆਉਂਦਾ ਫਰੀ ਨਹੀਂ ਹੈਗਾ ਬਾ ਤੇਰੇ ਗੱਲ ਕਰ ਜਿਹੜੀ ਕਰਨੀ ਰੋਜ਼ ਰੋਜ਼ ਕਿੱਥੇ ਆ ਜਾਂਦਾ ਬਾਈ ਕੰਮ ਕਰਨੇ ਸਭ ਨੂੰ ਗੱਲ ਕਰੋ ਆਹੀ ਗੱਲ ਹੋਣੀ ਮੈਂਬਰੀ ਵਾਰੀ ਪੁੱਛਦੇ ਹੁਣ ਹੋਰ ਮੈਂਬਰੀ ਵਾਰ ਫਿਰ ਪੁੱਛੋ ਹੁਣ ਇਹਦੇ ਕੀ ਸਾਈਨ ਕਰਾਉਣੇ ਉਹ ਗਲਤ ਬਣਾਉਂਦਾ ਫਿਰਦਾ ਮੈਨੂੰ ਤਾਂ ਟਾਈਮ ਨਹੀਂ ਲੱਗਿਆ ਉਹ ਕਈ ਦਿਨ ਹੋ ਗਏ ਮੈਂ ਤਾਂ ਨਾ ਜਵਾਖਾਂ 'ਚ ਲੈਣ ਵਗ ਗਿਆ ਮੈਂ ਤਾਂ ਹੋਰ ਗੱਲ ਸੁਣ ਲੈ ਕੁੜੀਏ ਜਿਹੜੀ ਗੱਲ ਕਰਨੀ ਹੈ ਜੀ ਸਦਕ ਚਾਹੇ ਅੰਦਰ ਵੜ ਕੇ ਕਰੀ ਜਾਓ ਮੈਂ ਖੜ ਜੂ ਬਾਰੇ ਜਿਹੜੀ ਗੱਲ ਹੋਣੀ ਆ ਮੈਂ ਤੈਨੂੰ ਪਹਿਲਾਂ ਦੱਸਤੀ ਗੱਲ ਇਹਦੇ ਘਰ ਵਾਲੀ ਗਈ ਹੋਈ ਸੀ ਭਾਈ ਰੁੱਸ ਕੇ ਮਾਏ ਲੈ ਵਿੱਚ ਬਜਾਏ ਹੋ ਕੇ ਮਨਾ ਕੇ ਠੀਕ ਹੈ ਕੱਲ੍ਹ ਕੱਲ੍ਹਾਂ ਨੂੰ ਜੇ ਹੁਣ ਕੋਈ ਗੱਲ ਹੋ ਗਈ ਮੇਰੀ ਆ ਉੱਥੇ ਜਾਮਣੀ ਮੈਨੂੰ ਟਰੱਕ ਯੂਨੀਅਨ 'ਚ ਬਰਖਾਸਤ ਕਰ ਦੇਣਗੇ ਜੇ ਗੱਲ ਕਰਨ ਤੁਸੀਂ ਉੱਨੀ ਕੀ ਗੱਲ ਕਰਤੀ ਜਿਹੜੀ ਗੱਲ ਹੈ ਮੇਰੇ ਸਾਹਮਣੇ ਉੱਨੀ ਸੀ ਕੀ ਕਰ ਦਾਂਗੇ ਅਸੀਂ ਮੇਰਾ ਸਾਲਾ ਕੋਰਟ ਮੈਰਿਜ ਕਰਾ ਲਾਂਗੇ ਉੱਨੀ ਨੂੰ ਕਰਾ ਲਾ ਮੈਂ ਬਗ ਜਾਣਾ ਨਾਲ ਮੇਰੇ ਕਰਾ ਲੈ ਸੈਨ ਲਿਆ ਪਈ ਦਾ ਕਰਾ ਜੀ ਤਾਂ ਕੋਈ ਗੱਲ ਨਹੀਂ ਹੈਗੀ ਦਾਰ ਕਰਾ ਲੈ ਚੱਕੇ ਮੈਂ ਕਰਾਉਣਾ ਤੇਰੀ ਕੋਰਟ ਮੈਰਿਜ ਸ਼ਰਮ ਤਾਂ ਨਹੀਂ ਮੰਨਦਾ ਤੂੰ ਸ਼ਰਮ ਨੂੰ ਕੀ ਗੱਲ ਆ ਤੇਰੀ ਕਾਹਦੀ ਜਾਮਣੀ ਪੈਗੀ ਤੇਰੀ ਯਾਰ ਮੈਨੂੰ ਤਾਂ ਮੇਰੇ ਕਰਕੇ ਤਾਂ ਕੁੜੀ ਤੋਰੀ ਉਹਨਾਂ ਨੇ ਗੱਲ ਕਰੋ ਭਾਈ ਬੋਲੋ ਹਾਂ ਦੱਸ ਬਈ ਇਹ ਜੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਮੈਂਬਰੀ ਨੂੰ ਹੀ ਪੁੱਛਣਾ ਸੀ ਮੈਂ ਤਾਂ ਬਲਕਿ ਫੋਨ ਵੀ ਕਰਿਆ ਬਾਈ ਨੂੰ ਫੋਨ ਨਹੀਂ ਚੱਕਿਆ ਫੋਨ ਤੇਰਾ ਫੋਨ ਨਹੀਂ ਚੱਕਦਾ ਇਹ ਫਿਰਦੀ ਉਵੇਂ ਹਵਾ 'ਚ ਹੀ ਤੇਰੇ ਫੋਨ ਫੋਨ ਤੇ ਪਤਾ ਕੀ ਭਰੀ ਬੈਠਾ ਹੈ ਸੱਜੂ ਸੁਨਾਮ ਵਾਲਾ ਮਿਸਤਰੀ ਨੁਗਰੀਆਂ ਦਾ ਲੈ ਐਡਾ ਦਾ ਲੰਬਰ ਆ ਕੂਣੀ ਜੱਡਾ ਤੇਰਾ ਫੋਨ ਕਿੱਥੋਂ ਚੱਕ ਲੂ ਇਹ ਜਾਣਦੀਆਂ ਤੂੰ ਸੱਜੂ ਨੂੰ ਨਾ ਮੈਂ ਜਾਣਦਾ ਜਾਣਦਾ ਇਹ ਵੀ ਨੂੰ ਹੀ ਭਰੀ ਬੈਠਾ ਉਹ ਖੜ ਜਾ ਯਾਰ ਉਹੀ ਕਿਉਂ ਭਗਾਈ ਮਰੀ ਉਹਨਾਂ ਕੀ ਖਾਣਾ ਉਹਨਾਂ ਹੈ ਤੂੰ ਨਾਲੇ ਬਾਈ ਘਰ ਵਾਲੀ ਕਾਹ ਤੋਂ ਰੁੱਸ ਕੇ ਵਗ ਗਈ ਸੀਗੀ ਤੈਨੂੰ ਦੱਸ ਦੋ ਤਿੰਨ ਵਾਰੀ ਹੋਰ ਬਲਾ ਲਾ ਫੇਰ ਵਗ ਜੂ ਫਿਰ ਜਮੀ ਪੱਕੀ ਵਗ ਜੂ ਮੇਰੇ ਕਰਕੇ ਤਾਂ ਹੁਣ ਆ ਵੀ ਗਈ ਫਿਰ ਆਉਂਦੀ ਵੀ ਨਹੀਂ ਫਿਰ ਤੂੰ ਇਕੱਲੀ ਗੱਲ ਕਰ ਲੈ ਮੈਨੂੰ ਕਾਹਨੂੰ ਬੁਲਾਇਆ ਤੀ ਉਰੇ ਤੂੰ ਹੀ ਪੁੱਛਣਾ ਵੀ ਕੀ ਉਹਦਾ ਤੈਨੂੰ ਦੱਸਿਆ ਸੀ ਥੋੜ੍ਹਾ ਜਿਹਾ ਦਿਮਾਗ 'ਚ ਫਰਕ ਹੈਗਾ ਉਹਦਾ ਕਿਸੇ ਨੂੰ ਉਈ ਨਹੀਂ ਬਣਦੀ ਹੈਗੀ ਹੋਰ ਇਹਦੀ ਹਰੇਕ ਨਾਲ ਬਣਨ ਲੱਗ ਜਾਂਦੀ ਹੈ ਜਿਵੇਂ ਹੁਣ ਤੁਹਾਡੇ ਨਾਲ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਸਾਰੇ ਪਿੰਡ ਨੂੰ ਪਤਾ ਮੈਂਬਰੀ 'ਚ ਤੁਸੀਂ ਇਕੱਠੇ ਲੜੋਗੇ ਇੱਕ ਹਾਰ ਇਹਦੇ ਇੱਕ ਹਾਰ ਤੁਹਾਡੇ ਫਿਰ ਲੋਟ ਆਊ ਕੰਮ ਇਹ ਗੱਲ ਸੁਣੋ ਹਾਰ ਦੇ ਲੱਗਦਿਆ ਮੈਂ ਤੈਨੂੰ ਲੈ ਤੂੰ ਗਾਹੀ ਟੁੱਟੇ ਛਿੱਤਰ ਵਾਂਗੂ ਗਾਹੀ ਗਾਹਾਂ ਵਧੀਆ ਨਾ ਮੈਨੂੰ ਲੱਗਦਾ ਤੇਰੇ ਨਾਲ ਹਾਰ ਪਾਉਣੇ ਪੈ ਜਾਣਾ ਮੈਂ ਉੱਚੀ ਨੀਵੀਂ ਗੱਲ ਕੋਈ ਕਰੀ ਆਈ
ਤੂੰ ਸਾਰਾ ਉੱਚੀਆਂ ਕਰੇ ਨੇ ਨੀਵੀਂ ਤਾਂ ਕੋਈ ਕਰੀਓ ਨਹੀਂ ਗੱਲ ਉਹਦਾ ਬੋਲਦੀ ਨਹੀਂ ਭੈਣ ਮਰਾਵੇ ਖੜ ਕੇ ਬੋਲਦੀ ਨਹੀਂ ਬਾਈ ਤੂੰ ਤਾਂ ਗਲਤ ਪਾਸੇ ਲੈ ਗਿਆ ਇਹ ਜੀ ਤਾਂ ਕੋਈ ਮੇਰਾ ਸਾਲਾ ਕਦੇ ਸਿੱਧੇ ਪਾਸੇ ਜਾਂਦੀ ਨਹੀਂ ਜਾਂਦੀ ਗਲਤ ਪਾਸੇ ਇਹ ਸਾਰਾ ਇੰਡੀਆ ਹੈਗਾ ਤਾਂ ਟਰੈਕਟਰਾਂ ਟਰੱਕ ਸੋਰੀ ਟਰੱਕਾਂ 'ਤੇ ਜੇ ਗਲਤ ਰਾਸਤੇ ਜਾਣਾ ਹੁੰਦਾ ਮੈਂ ਰਾਹ ਭੁੱਲ ਜਾਂਦਾ ਬੰਦੇ ਦਾ ਹਾਂ ਚੱਲ ਐਂ ਕਰ ਚੱਲ ਪਿਕਰੇ ਚੱਲੀ ਉਰੇ ਉਹਨੇ ਭਕਾਈ ਮਰੀ ਜਾਣਾ ਕਿਹੜੀ ਗੱਲ ਕਰਨੀ ਆ ਭਾਈ ਕਰ ਗੱਲ ਹੋ ਗਈ ਯਾਰ ਹੋਰ ਕਿਹੜੀ ਗੱਲ ਕਰਨੀ ਆ ਬਾਰੇ ਮੈਂ ਵਿਸਾਬ ਦੀ ਬਹਾਨੇ ਜਾਂਦਾ ਗੱਲ ਕਰ ਲੈ ਉਹ ਯਾਰ ਕੋਈ ਗੱਲ ਨਹੀਂ ਕਰਨੀ ਮੈਂ ਇਹ ਜਿਹਾ ਦੂਰ ਢੰਡੋਰਾ ਪਿੰਡ 'ਚ ਜਾ ਕੇ ਪਿੱਟ ਦੇਗਾ ਘਰੇ ਜਾ ਕੇ ਪਿੱਟ ਦੇਗਾ ਚੱਲ ਤਾਂ ਉਹ ਵੀ ਪਿੱਟੀ ਪਿਆ ਜਦੋਂ ਆਪਾਂ ਕਿਹੜਾ ਗਲਤ ਹੈ ਹੀ ਨਹੀਂ ਆਪਾਂ ਤੂੰ ਗਲਤ ਗੱਲ ਕਰਨੀ ਨਹੀਂ ਠੀਕ ਆ ਨਾ ਬਸ ਬਸ ਚੱਲਦੇ ਆ ਚਲੋ ਬਾਈ ਚਾਹ ਨਹੀਂ ਪਾਣੀ ਨਹੀਂ ਤੁਸੀਂ ਭਾਈ ਜਾ ਰਹੇ ਹੋ ਮੇਲਾ ਮੇਲਾ ਨਹੀਂ ਵੀਰਾ ਮੇਲਾ ਤਾਂ ਗਿਆ ਹੋਇਆ ਹਾਂ ਮੇਲਾ ਹੱਜ ਦੀ ਨਹੀਂ ਉਹ ਬਾਊ ਜੀ ਨੇ ਉਹਨੂੰ ਉੱਥੇ ਭੇਜਤਾ ਕਿੱਥੇ ਰਾਜਪੁਰੇ ਭੇਜਿਆ ਮੈਨੂੰ ਫੋਨ ਕਰਾ ਦਿਓ ਨੇ ਅੱਛਾ ਹਾਂ ਦੱਸਿਆ ਦੇ ਉਹਨੂੰ ਘਰੇ ਮਾਰੇਂ ਕਿਹੜਾ ਵੀ ਮੈਂ ਵਾਗਿਆ ਮੇਰੀ ਗੈਰ ਹਾਜ਼ਰੀ ਉਹ ਕਹਿੰਦਾ ਕੋਈ ਚੀਜ਼ ਦੀ ਲੋੜ ਹੁੰਦੀ ਹੈ ਕਹਿੰਦਾ ਦੇਖ ਲਈ ਮੜਾ ਜਾ ਚੱਲ ਆ ਜੀ ਫਿਰ ਹਾਂ ਚੱਲ ਚੱਲ ਆ ਜਾ ਬਸ ਹਟ ਜਾ ਯਾਰ ਵੋਟਾਂ 'ਚ ਹੋਣਾ ਕਿਹੜੇ ਫਿਰ ਇੱਥੇ ਕੀ ਹੈ ਬਾਈ ਮੈਨੂੰ ਤਾਂ ਪਤਾ ਨਹੀਂ ਹੈਗਾ ਆਹ ਤਾਂ ਚੇਅਰਮੈਨ ਤਾਂ ਨਾਲ ਆ ਤੁਹਾਡੇ ਮੈਂ ਟਰੱਕ ਡਰਾਈਵਰ ਮੌਜੂਦ ਆ ਆ ਯਾਰ ਬਾਕੀ ਜਿਵੇਂ ਭੁੱਲ ਆਈ ਕਹੀ ਚੋਣ ਸਾਨੂੰ ਵਧੀਆ ਦਵਾਵਾਂਗੇ ਆ ਜਾ ਆ ਜਾ ਆ ਜਾ ਚੱਲ ਮੈਂ ਫੇਰ ਆਉਂਗਾ ਫੇਰ ਮਰੂੰਗਾ ਡੇ ਨੂੰ ਆ ਜਾ ਗਿਆ ਬਾਈ ਆ ਗਿਆ ਆ ਗਿਆ ਚੱਲ ਮੈਂ ਕਰ ਕੀ ਕਹਿਣਾ ਗਿਆ ਦੀ ਗੱਲ ਕੀ ਕਹੀ ਆ ਮੈਂ ਤਾਂ ਪੁੱਛੂ ਗੱਲ ਮੈਂ ਤਾਂ ਪੁੱਛਿਆ ਮਹਾ ਮੇਲੇ ਦਾ ਫੋਨ ਆਇਆ ਜੇ ਸੁਨੇਹਾ ਲਾ ਦਿਓ ਕੁਛ ਨਹੀਂ ਕਿਹਾ ਉਹਨੇ ਤਾਂ ਉਹ ਪੁੱਛੇ ਰਿਹਾ ਸੀ ਮੇਲਾ ਕਦ ਆਊਗਾ ਹਾਂ ਆ ਗੱਲ ਪੁੱਛੀ ਯਾਰ ਨਾਲੇ ਤਾਂ ਕਹਿੰਦਾ ਮੇਲੇ ਦੇ ਫੋਨ ਇਹਨੂੰ ਸਿੱਧੇ ਆਉਂਦੇ ਨੇ ਰਾਜਪੁਰੇ ਤੋਂ ਸਿੱਧਾ ਕਹਿੰਦਾ ਮੇਲਾ ਹੁਣ ਮੇਲੇ ਨੂੰ ਸਿੱਧੀ ਨਹੀਂ ਪੁੱਛ ਸਕਦਾ ਇਹ ਉਹੀ ਗੱਲਾਂ ਬਣਾ ਬਣਾ ਤੇਰੇ ਨਾਲ ਗੱਲਾਂ ਕਰਦਾ ਜਾਣ ਜਾਣ ਆ ਜਾ ਯਾਰ ਆ ਜਾ ਯਾਰ ਮੈਨੂੰ ਜਾਗਦੇ ਨੂੰ ਪੈਂਦੀ ਪਾਉਂਦੇ ਹੋ ਤੁਸੀਂ ਇਹ ਜਾ ਦੁਨੀਆ ਗਾਤੀ ਮੈਂ ਟਰੱਕਾਂ ਤੇ ਤੇ ਉਹੀ ਫਿਰਦਾ ਹੂੰ ਕੱਲਾਂ ਦੇ ਜਾ ਵੀ ਮੈਂ ਫਿਰਦਾ ਇਹ ਹਾਂ ਓਏ ਆ ਜਾ ਯਾਰ ਆ ਗਿਆ ਚੱਲ ਚੰਗਾ ਗੌਰ ਕਰੀ ਆਉਂਦੀ ਆ ਪਤਾ ਨਹੀਂ ਕਿੱਥੋਂ ਨੂੰ ਮੁੰਨਾ ਜਾ ਲੈ ਕੇ ਆਇਆ ਬੋਲਦਾ ਹੀ ਨਹੀਂ ਥੱਕਦਾ ਹੈਗਾ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਬਾਬਾ ਸਰਤਾਜ ਖਾਨ ਸੰਪਰਕ ਕਰੋ 9878640089 ਪਰੇਸ਼ਾਨੀ ਕੋਈ ਵੀ ਹੋਵੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਜਿਵੇਂ ਪ੍ਰੇਮ ਵਿਆਹ 'ਚ ਰੁਕਾਵਟ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ ਖੋਇਆ ਪਿਆਰ ਵਾਪਸ ਪਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਨੌਕਰੀ ਕਾਰੋਬਾਰ 'ਚ ਰੁਕਾਵਟ ਕਰਜ਼ਾ ਮੁਕਤੀ ਮੋਹਣੀ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਬਾਬਾ ਸਰਤਾਜ ਖਾਨ ਸੰਪਰਕ ਕਰੋ 9878640089 ਯਾਰ ਮੈਂ ਤੈਨੂੰ ਅੱਜ ਤੋਂ ਬਾਅਦ ਕਿਤੇ ਲੈ ਕੇ ਨਹੀਂ ਆਣਾ ਯਾਰ ਮੈਂ ਤਾਂ ਤੈਨੂੰ ਕਹਿੰਦੇ ਵੀ ਯਾਰ ਮੇਰਾ ਆੜੀ ਆ ਜੇ ਗਰੁੱਪ ਆੜੀ ਹੈਗਾ ਮੈਂ ਕੀ ਕਹਿੰਦਾ ਫਿਰ ਯਾਰ ਤੈ ਮੈਨੂੰ ਯਾਰ ਬਗਾਨੀ ਤੀਵੀਂ ਹੁੰਦੇ ਤੂੰ ਹੁਣ 100 ਕੁਛ ਬੋਲਿਆ ਯਾਰ ਬਗਾਨੀ ਤੇਰੀ ਤਾਂ ਅਬਦੀ ਹੈ ਬਗਾਨੀ ਨਹੀਂ ਹੈਗੀ ਉਹ ਅਬਦੀਆਂ ਨਾਲੇ ਹੋਰ ਆ ਤੈਨੂੰ ਜਦੋਂ ਮੈਂ ਕੇਰਾ ਕਹਿਦਾ ਵੀ ਚੁੱਪ ਕਰਕੇ ਬਹਿ ਚੁੱਪ ਕਰਕੇ ਬਹਿ ਜਿਹੜੀ ਗੱਲ ਤੂੰ ਸੁਣ ਲੱਤ ਚੁੱਪ ਕਰਕੇ ਬੈਠਾ ਰਹਿ ਮੈਂ ਤਾਂ ਤੈਨੂੰ ਕਹੀ ਮਾਰਨ ਦੀ ਲੋੜ ਆ ਗਈ ਮੈਂ ਬਰਤਨ ਵਾਲਾ ਬੰਦਾ ਹੈ ਨਹੀਂ ਮੇਰੇ ਨਾਲ ਤਾਂ ਭਾਂਡਾ ਸੇਕ ਬਸ ਤੇਰੇ ਨਾਲ ਤਾਂ ਭਾਂਡਾ ਸੇਕਣ ਵਾਲਾ ਕੰਮ ਆ ਯਾਰ ਤਾਂ ਬੰਦਾ ਹੀ ਬੇਕਾਰ ਤੂੰ ਮੇਰਾ ਮੈਂ ਤਾਂ ਕਿਸੇ ਹੋਰ ਦੀ ਨਹੀਂ ਬੋਲ ਲਿਆ ਟੱਕ ਹੀ ਵਾਇਆ ਉਹ ਪਹਾੜ ਕੇ ਨੀਚੇ